सतनाम श्री वाहे गुरु जी गोविंद दास तुहारे आनंद गुण निदान गुरु गरीब नवाज जियो सारी संगत बोलना जी सतनाम श्री वाहे गुरु जी Thank you.
ਵਾਹਿਗੁਰੂ 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 ਗਗਨ ਦਮਾਮਾ ਬਾਜਿਓ ਪਰੇ ਨਿਸ਼ਾਨਾ ਕਾਉ ਖੇਰ ਜੋ ਮਾਂਡੋ ਸੂਰਮਾ ਅਵਜੂਜਨ ਕੋ ਦਾਓ ਸੂਰਾ ਸੋ ਪਹਿਚਾਨੀਆ ਜੋ ਲੋੜਾ ਦੀਨ ਕਹੇਤ ਪੁਰਜਾ ਪੁਰਜਾ ਕੱਟ ਮਰਿਆ ਕੱਬੂ ਨਾ ਛੱਡਾ ਖੇਤ ਪਹਿਲਾਂ ਮਰਨ ਕਬੂਲ ਜੀਵਨ ਕੀ ਛੱਡ ਆਸ ਹੋ ਸਵਨ ਕੀ ਰੇਣਕਾ ਤੋਂ ਆਓ ਹਮਾਰੇ ਪਾਸ ਹਾਜ਼ਰਾ ਹਜ਼ੂਰ ਜ਼ਾਹਰਾ ਜ਼ਹੂਰ ਸਰਬ ਕਲਾ ਭਰਪੂਰ ਬਾਣੀ ਕੇ ਬੋਧ ਚਵਰ ਛਤਰ ਤਖ ਦੇ ਮਾਲਕ ਮਾਲਕੇ ਕਾਇਨਾਤ ਜੁਗੋ ਜੁਗ ਅਟਲ ਧਨ ਸਤਿਗੁਰੂ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਤਿਨਾਂ ਦੀ ਪਾਵਨ ਪਵਿੱਤਰ ਗੋਦ ਵਿੱਚ ਸਜੇ ਬੈਠੇ ਗੁਰੂ ਕੇ ਪਿਆਰ ਵਾਲੋ ਇੱਕ ਵਾਰੀ ਇਕਾਗਰਤਾ ਬਣਾਓ ਤੁਹਾਡੀ ਇਕਾਗਰਤਾ ਜ਼ਰੂਰੀ ਹੈ ਮੈਂ ਵੇਖ ਰਿਹਾ ਕਿ ਪੰਡਾਲ ਦੇ ਵਿੱਚ ਬੜੀ ਹਿਲਜੁਲ ਹੋਈ ਹੈ ਇਕਾਗਰਤਾ ਤੁਹਾਡੀ ਇਤਿਹਾਸ ਨਾਲ ਜੁੜਨ ਦੀ ਨਹੀਂ ਇਕਾਗਰਤਾ ਤੁਹਾਡੀ ਇਹ ਹੈ ਕਿ ਮੇਰੇ ਨਾਲ ਦਾ ਉੱਠ ਕੇ ਕਿਉਂ ਚਲ ਗਿਆ ਅਤੇ ਮੈਂ ਕਿਉਂ ਬੈਠਾ ਮੈਨੂੰ ਵੀ ਜਾਣਾ ਚਾਹੀਦਾ ਬਹੁਤਾ ਧਿਆਨ ਸਾਡਾ ਇਸ ਪਾਸੇ ਵੱਲ ਲੱਗਾ ਹੋਇਆ ਜੇ ਤੁਸੀਂ ਆਖੋ ਨਾ ਵੀ ਆਪਾਂ ਕੱਲ ਨੂੰ ਇੱਥੇ ਦਰੀਆਂ ਵਿਛਾ ਕੇ ਬਹਿਲਾਂਗੇ ਨਹੀਂ ਬੈਠਿਆ ਜਾਣਾ ਬਾਈ ਇਹ ਸੱਚੇ ਪਾਤਸ਼ਾਹ ਦੀ ਕਿਰਪਾ ਹੈ ਕਿ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਦਾ ਪ੍ਰਕਾਸ਼ ਹੋਇਆ ਕੋਈ ਕਸਰ ਨਹੀਂ ਛੱਡੀ ਪ੍ਰਬੰਧਕਾਂ ਨੇ ਪ੍ਰਬੰਧ ਕਰਨ ਵਿੱਚ ਕੋਈ ਕਸਰ ਨਹੀਂ ਛੱਡੀ ਪ੍ਰਬੰਧਕਾਂ ਨੇ ਆਉਣ ਵਾਲੀ ਸੰਗਤ ਵਾਸਤੇ ਲੰਗਰ ਪ੍ਰਸ਼ਾਦਾ ਤਿਆਰ ਕਰਨ ਵਿੱਚ ਕੋਈ ਕਸਰ ਨਹੀਂ ਛੱਡੀ ਪ੍ਰਬੰਧਕਾਂ ਨੇ ਪੰਡਾਲ ਸਜਾਉਣ ਵਿੱਚ ਕੋਈ ਕਸਰ ਨਹੀਂ ਛੱਡੀ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜਾਂ ਦਾ ਅਦਬ ਸਤਿਕਾਰ ਸ਼ਾਨੋ ਸ਼ੌਕਤ ਡੈਕੋਰੇਸ਼ਨ ਕਰਨ ਵਾਸਤੇ ਕੋਈ ਕਸਰ ਨਹੀਂ ਛੱਡੀ ਪਰ ਕਸਰ ਕੀ ਹੈ ਕਿਤੇ ਆਪ ਵੇਖੋ ਝਾਤੀ ਮਾਰ ਕੇ ਜਿਵੇਂ ਉੱਥੇ ਬਾਹਰ ਚਵੱਚਾ ਲੱਗਿਆ ਹੋਇਆ ਜਿਹਦੇ ਵਿੱਚ ਆਪਾਂ ਪੈਰ ਧੋ ਕੇ ਅੰਦਰ ਨੂੰ ਆਉਂਦੇ ਹਾਂ ਕੋਈ ਸਰੀਰ ਨਹੀਂ ਜਿਹੜਾ ਉਹਦੇ ਵਿੱਚ ਪੈਰ ਧੋ ਕੇ ਨਹੀਂ ਆਇਆ ਉਦੋਂ ਤੁਹਾਡੀ ਭਾਵਨਾ ਕਿ ਆਪਾਂ ਅੰਦਰ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜਾਂ ਦੇ ਦਰਸ਼ਨ ਦਦਾਰੇ ਕਰਨ ਜਾ ਰਹੇ ਹਾਂ ਸਿਰ ਮਾਰ ਕੇ ਹੁੰਗਾਰਾ ਭਰਿਓ ਹੁਣ ਜਰਾ ਥੋੜ੍ਹਾ ਜਿਹਾ ਕਿਉਂ ਜੀ ਇਹੀ ਭਾਵਨਾ ਨਾ ਜਦੋਂ ਆਪਾਂ ਉੱਥੇ ਪੈਰ ਆਪਣੇ ਸੁੱਚੇ ਕੀਤੇ ਹੈ ਇਹੀ ਭਾਵਨਾ ਕਿ ਅੰਦਰ ਆਪਾਂ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜਾਂ ਦੇ ਦਰਸ਼ਨ ਦਦਾਰੇ ਕਰਨ ਵਾਸਤੇ ਜਾ ਰਹੇ ਹਾਂ ਇਹੀ ਭਾਵਨਾ ਨਾ ਉੱਥੋਂ ਭਾਵਨਾ ਆਉਣ ਵੇਲੇ ਹੈ ਅਤੇ ਜਾਣ ਵੇਲੇ ਵੀ ਤਾਂ ਗੁਰੂ ਇੱਥੇ ਬੈਠਾ ਫਿਰ ਜਾਣ ਵੇਲੇ ਵੀ ਤਾਂ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦਾ ਪ੍ਰਕਾਸ਼ ਇੱਥੇ ਹੀ ਹੈ ਇੱਕ ਜਾਂ ਦੋ ਜਾਂ ਚਾਰ ਜਾਂ ਛੇ ਦੀ ਗੱਲ ਨਹੀਂ 36 ਮਹਾਂਪੁਰਖਾਂ ਦੀ ਬਾਣੀ ਹੈ 36 ਮਹਾਂਪੁਰਖਾਂ ਦੀ ਬਾਣੀ ਹਾਜ਼ਰਾ ਹਜ਼ੂਰ ਜ਼ਾਹਰਾ ਜ਼ਹੂਰ ਸਰਬ ਕਲਾ ਭਰਪੂਰ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਇੱਕ ਵੀ ਮਾਈ ਜਾਂ ਇੱਕ ਵੀ ਭਾਈ ਮੈਨੂੰ ਉੱਠ ਕੇ ਦੱਸਿਓ ਕਿ ਇਹਦੇ ਤੁਲ ਦਾ ਕੋਈ ਹੋਰ ਗ੍ਰੰਥ ਹੈ ਦੁਨੀਆਂ ਵਿੱਚ ਮਾਫ ਕਰਨਾ ਨਹੀਂ 300 ਧਾਰਮਿਕ ਗ੍ਰੰਥ ਹੈ 300 ਇੱਕੋ ਇੱਕ ਗ੍ਰੰਥ ਹੈ ਜਿਹਦੇ ਨਾਂ ਦੇ ਨਾਲ ਗੁਰੂ ਲਫ਼ਜ਼ ਲੱਗਿਆ ਪੂਰਨ ਦੇਹ ਕਰਕੇ ਸਤਿਕਾਰ ਦਿੱਤਾ ਜਾਂਦਾ ਹੈ ਸੋਹਣਿਆਂ ਪੀੜ੍ਹੀਆਂ ਦੇ ਉੱਤੇ ਗਧੇਲੇ ਵਿਛਾ ਕੇ ਪ੍ਰਕਾਸ਼ ਕੀਤਾ ਜਾਂਦਾ ਹੈ ਝਿਲਮਿਲ ਝਿਲਮਿਲ ਕਰਦੇ ਰੁਮਾਲੇ ਲਾਏ ਜਾਂਦੇ ਨੇ ਕੀਮਤੀ ਕੀਮਤੀ ਚੰਦੋਏ ਤਾਣੇ ਜਾਂਦੇ ਨੇ ਛਤਰ ਚਲਾਏ ਜਾਂਦੇ ਨੇ ਇੱਕ ਸਿੱਖ ਤਾਬਿਆਂ ਵਿੱਚ ਬੈਠ ਕੇ ਚੌਰ ਦੀ ਸੇਵਾ ਕਰਦਾ ਕਿਸੇ ਹੋਰ ਗ੍ਰੰਥ ਦਾ ਇੰਨਾ ਸਤਿਕਾਰ ਦੱਸੇ ਦੇਖਿਆ ਤਾਂ ਮੈਨੂੰ ਦੱਸ ਦਿਓ ਫਿਰ ਇੰਨਾ ਸਤਿਕਾਰ ਹੋਣ ਦੇ ਬਾਵਜੂਦ ਵੀ ਤੁਹਾਡੇ ਅੰਦਰੋਂ ਸਤਿਕਾਰ ਕਿਉਂ ਨਿਕਲ ਗਿਆ ਬਾਈ ਅੱਧਿਓ ਜ਼ਿਆਦਾ ਪੰਡਾਲ ਖਾਲੀ ਹੋ ਗਿਆ ਇੱਕ ਵੀ ਬੰਦਾ ਨਹੀਂ ਜਿਹੜਾ ਜਾਣ ਲੱਗਾ ਮੱਥਾ ਟੇਕ ਕੇ ਗਿਆ ਹੋਵੇ ਲਾਈਵ ਪ੍ਰੋਗਰਾਮ ਚੱਲ ਰਿਹਾ 2-3 ਚੈਨਲ ਚਲਾ ਰਹੇ ਨੇ ਪ੍ਰੋਗਰਾਮ ਨੂੰ ਇਹਨਾਂ ਦੇ ਫਾਇਦੇ ਵੀ ਬੜੇ ਅਤੇ ਨੁਕਸਾਨ ਵੀ ਬੜੇ ਆ ਫਾਇਦੇ ਇਹ ਕਿ ਜਿੱਥੇ ਜਿੱਥੇ ਵੀ ਸਾਡੇ ਨਗਰ ਦੇ ਕੋਈ ਰਿਸ਼ਤੇਦਾਰ ਭੈਣ ਭਰਾ ਇਲਾਕੇ ਦੇ ਰਿਸ਼ਤੇਦਾਰ ਭੈਣ ਭਰਾ ਜਿੱਥੇ ਜਿੱਥੇ ਵੀ ਬੈਠੇ ਪੂਰੇ ਵਰਲਡ ਵਿੱਚ ਵੇਖ ਰਹੇ ਨੇ ਇਸ ਪ੍ਰੋਗਰਾਮ ਨੂੰ ਪੂਰੇ ਵਰਲਡ ਵਿੱਚ ਅੰਗੀਆਂ ਸਾਥੀਆਂ ਨੂੰ ਆਪਾਂ ਇੱਕ ਦੂਜੇ ਤੋਂ ਲਿੰਕ ਲੈ ਕੇ ਭੇਜੇ ਨੇ ਪਰ ਜਦੋਂ ਕਿਤੇ ਕੈਮਰਾ ਉੱਧਰਲੇ ਪਾਸੇ ਨੂੰ ਵੀ ਘੁਮਾ ਕੇ ਵਿਖਾਲਿਆ ਕਰੋ ਫਿਰ ਪਤਾ ਲੱਗੇ ਸਾਡੀ ਸੋਝੀ ਦਾ ਜੇ ਸਿੱਧੇ ਲਫ਼ਜ਼ਾਂ ਵਿੱਚ ਕਹਾਂ ਪਤਾ ਲੱਗੇ ਕਿ ਸਾਡੀ ਅਕਲ ਕਿੱਥੇ ਕੁ ਖਲੋਤੀ ਹੈ ਅਸੀਂ ਪੜ੍ਹੇ ਲਿਖੇ ਸਮਾਜ ਵਿੱਚ ਵਿਚਰਦੇ ਹਾਂ ਅਤੇ ਪੜ੍ਹਿਆ ਲਿਖਿਆ ਬੰਦਾ ਕਿਸੇ ਦੇ ਘਰੋਂ ਜਾਣ ਲੱਗਾ ਸਤਿ ਸ਼੍ਰੀ ਅਕਾਲ ਨਾਲ ਬੁਲਾਵੇ ਲੋਕ ਕਹਿੰਦੇ ਅਨਪੜ੍ਹ ਹੈ ਅਤੇ ਇੱਥੇ ਤਾਂ ਦੀਨ ਦੁਨੀਆਂ ਦਾ ਮਾਲਕ ਸੱਚਾ ਪਾਤਸ਼ਾਹ 36 ਮਹਾਂਪੁਰਖਾਂ ਦੀ ਬਾਣੀ ਦਾ ਪ੍ਰਕਾਸ਼ ਹੈ ਅਤੇ ਸਿੱਖ ਨੂੰ ਡਰ ਪਿਆ ਹੀ ਕੋਈ ਨਹੀਂ ਜਿੱਥੇ ਜਿੱਥੇ ਬੈਠਾ ਉੱਥੋਂ ਉੱਥੋਂ ਪੱਲੂ ਝਾੜਦੇ ਆਪਾਂ ਘਰਾਂ ਨੂੰ ਮੁੜ ਗਏ ਕਿਉਂ ਬਾਈ ਹਰ ਸਾਲ ਆਪਾਂ ਇਹ ਕੀਰਤਨ ਦਰਬਾਰ ਕਰਾਉਂਦੇ ਹਾਂ ਸ਼ਾਇਦ ਇੱਕ ਸਾਲ ਛੱਡ ਕੇ ਮੈਂ ਤੁਹਾਡੇ ਦਰਸ਼ਨ ਦਾਰੇ ਕਰ ਰਿਹਾ ਹਾਂ ਜਿੰਨੇ ਵੀ ਭਾਈ ਪਿਆਰੇ ਬੈਠੇ ਹੁਣ ਥੋੜ੍ਹਾ ਥੋੜ੍ਹਾ ਜਿਹਾ ਲਾਗੇ ਹੋ ਜਾਓ ਸਮਾਂ ਆਪਣੇ ਕੋਲ ਸੀਮਤ ਜਿਹਾ ਹੀ ਹੈ ਵਿਚਾਰਾਂ ਤੁਹਾਡੇ ਨਾਲ ਇਹੀ ਹੋਣੀਆਂ ਇਤਿਹਾਸ ਆਪਾਂ ਸੁਣਦੇ ਹੀ ਰਹਿੰਦੇ ਹਾਂ ਇਤਿਹਾਸ 'ਤੇ ਜੋ ਹੋਣਾ ਸੀ ਉਹ ਬਣ ਗਿਆ ਉਹ ਇਤਿਹਾਸ ਨੂੰ ਆਪਾਂ ਹੁਣ ਸਾਂਭ ਕੇ ਰੱਖਣਾ
ਆਪਾਂ ਗਾ ਆਪਣੇ ਬੱਚਿਆਂ ਨੂੰ ਉਹਦੇ ਉੱਤੇ ਤੋਰਨ ਦਾ ਯਤਨ ਕਰਨਾ, ਨਹੀਂ ਤਾਂ ਦੱਸੋ ਕਾ ਕਿੰਨੀਆਂ ਮਾਵਾਂ ਨੇ ਜਿਹਨਾਂ ਦੇ ਪੁੱਤ ਮੁੜ ਕੇ ਨੀਆਂ 'ਚ ਖੜੇ ਹੋਏ ਬਾਈ, ਕਿੰਨੀਆਂ ਮਾਵਾਂ ਨੇ ਜਿਹਨਾਂ ਦੇ ਪੁੱਤ ਨੇਜਿਆਂ ਦੇ ਅੱਗੇ ਖੜ ਗਏ, ਕਿੰਨੇ ਬਾਪ ਨੇ ਕਿ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜਾਂ ਦੇ ਬਾਘੂ ਚਮਕੌਰ ਦੀ ਗੜੀ ਦੇ ਵਿੱਚ ਬਾਬਾ ਅਜੀਤ ਸਿੰਘ ਬਾਬਾ ਜੁਝਾਰ ਸਿੰਘ ਸ਼ਹੀਦੀ ਪ੍ਰਾਪਤ ਕਰਦੇ ਅਤੇ ਬਾਜਾਂ ਵਾਲਾ ਪਾਸ਼ਾ ਜਕਾਰੇ ਛੱਡਦਾ, ਕਿੰਨੇ ਬਾਪ ਨੇ ਬਾਈ, ਇਹ ਜਿਗਰਾ ਕਿੱਥੋਂ ਆਵੇਗਾ? ਇੱਕ ਵਾਰ ਸਾਰੀ ਸੰਗਤ ਆਪਣਾ ਪਿਆਰ ਦਾ ਸਬੂਤ ਦਿਓ, ਇਕਾਗਰਤਾ ਵਿਖਾਲੋ ਅਤੇ ਫਤਿਹ ਦਾ ਯੋਗ ਉਤਰ ਦੇ ਕੇ ਦਸਰਿਆਂ ਨੂੰ ਧੰਨਵਾਦੀ ਬਣਾਓ ਅਤੇ ਕੁਝ ਕਹਿਣ ਦਾ ਬਲ ਬਖਸ਼ਿਸ਼ ਕਰੋ, ਕਿਉਂਕਿ ਬਾਜਾਂ ਵਾਲੇ ਪਾਤਸ਼ਾਹ ਨੇ ਬਹੁਤ ਵੱਡੀ ਕਿਰਪਾ ਕੀਤੀ ਆਪਣੇ 'ਤੇ। ਬਾਜਾਂ ਵਾਲੇ ਬਾਪੂ ਦਾ ਆਪਾਂ ਨੂੰ ਹੁਕਮ ਵੀ ਹੈ ਅਤੇ ਕਦੇ ਵਜਾਇਆ ਹੁਕਮ? ਉਹ ਹੁਕਮ ਕਿਹੜਾ? ਆਗੇ ਆਪਤ ਸਿੰਘ ਜੋ ਪਾਵੈ ਵਾਹਿਗੁਰੂ ਜੀ ਕੀ ਫਤਿਹ ਬੁਲਾਵੈ, ਫਤਿਹ ਬੁਲਾਵੈ। ਕਿੰਨੀਆਂ ਕੁ ਭੈਣਾਂ ਨੇ ਜਿਹੜੀਆਂ ਬੱਚੇ ਨੂੰ ਸਵੇਰੇ ਉੱਠਦਿਆਂ ਕਹਿੰਦੀਆਂ ਬੋਲ ਬੱਚਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ, ਕਿੰਨੀਆਂ ਕੁ ਮਾਵਾਂ ਨੇ ਜਿਹੜੀਆਂ ਬੱਚੇ ਨੂੰ ਰਾਤ ਨੂੰ ਸੌਣ ਲੱਗਿਆਂ ਕਹਿੰਦੀਆਂ ਬੋਲ ਬੱਚਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ, ਤੇ ਜੇ ਫਤਿਹ ਬੁਲਾਵਾਂਗੇ ਨਹੀਂ ਤਾਂ ਫਤਿਹ ਪਾਵਾਂਗੇ ਕਿੱਥੇ ਜਾ ਕੇ? ਫਤਿਹ ਦਾ ਪਾਠ ਬੱਚੇ ਨੂੰ ਜੇ ਪੜ੍ਹਾਵਾਂਗੇ ਤਾਂ ਬੱਚਾ ਫਤਿਹ ਬੁਲਾਊ, ਨਹੀਂ ਤਾਂ ਗੁੱਡ ਮਾਰਨਿੰਗ ਅਤੇ ਗੁੱਡ ਨਾਈਟ ਦੇ ਵਿੱਚ ਹੀ ਜ਼ਿੰਦਗੀ ਲੰਘੀ ਜਾਂਦੀ ਆ। ਫਿਰ ਫਤਿਹ ਵਾਲਾ ਪਾਠ ਤਾਂ ਕਦੇ ਬੱਚੇ ਨੂੰ ਪੜ੍ਹਾਇਆ ਹੀ ਨਹੀਂ ਆਪਾਂ। ਪਹਿਲੀ ਗੱਲ, ਅੱਜ ਕੋਈ ਫਤਿਹ ਬੁਲਾਉਂਦਾ ਨਹੀਂ, ਜੋ ਕੋਈ ਬੁਲਾਉਂਦਾ ਵੀ ਆ ਨਾ ਤਾਂ ਉਹਦਾ ਫਤਿਹ ਬੁਲਾਉਣ ਦਾ ਤਰੀਕਾ ਪਤਾ ਕੀ ਹੁੰਦਾ? ਵਾਹ ਖਾਲਸਾ ਵਾਹ ਫਤਿਹ, ਵਾਹਿਗੁਰੂ ਸ਼ਬਦ ਵਿੱਚੋਂ ਚੁੱਕਿਆ ਗਿਆ, ਇਹੀ ਸਿਮਰਨ ਸੀ। ਇਹਦੇ ਨਾਲ ਦੋ ਸਾਹ ਲੇਖੇ ਵਿੱਚ ਲੱਗਦੇ ਸੀ। ਮੇਰੇ ਵਰਗਾ ਦੀਵਾਨ ਦੇ ਕੇ ਜਾਂਦਾ, ਮਗਰੋਂ ਕੋਈ ਪਿਆਰਾ ਆਵਾਜ਼ ਮਾਰ ਕੇ ਕਹਿੰਦਾ ਗਿਆਨੀ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ, ਅਤੇ ਗਿਆਨੀ ਹੋਣਾ ਦਾ ਇੱਕ ਹੱਥ ਗੱਡੀ ਦੇ ਦਰਵਾਜ਼ੇ ਨੂੰ ਪਿਆ, ਦੂਜੀ ਬਾਂਹ ਪਿੱਛੇ ਨੂੰ ਖੜੀ ਕਰਕੇ ਦੌੜੇ ਜਾਂਦੇ ਜਾਂਦੇ ਕਹੀ ਜਾਂਦੇ ਹਾਂ ਫਤਿਹ ਜੀ ਫਤਿਹ, ਫਤਿਹ ਜੀ ਫਤਿਹ। ਕਿ ਇਹ ਦਾਤ ਕਲਗੀਆਂ ਵਾਲੇ ਪਾਤਸ਼ਾਹ ਨੇ ਬਖਸ਼ਿਸ਼ ਕੀਤੀ ਸੀ। ਆਪਾਂ ਤਾਂ ਉੱਥੋਂ ਲੈ ਕੇ ਇੱਥੇ ਤੱਕ ਆਏ ਹਾਂ, ਰਸਤੇ ਵਿੱਚ ਚੋਬਦਾਰ ਖੜੇ ਨੇ, ਭਾਵੇਂ ਇਕੱਲੇ ਇਕੱਲੇ ਚੋਬਦਾਰ ਨੂੰ ਫਤਿਹ ਬੁਲਾਉਂਦੇ, ਆਓ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਕੌਣ ਰੋਕਦਾ ਤੁਹਾਨੂੰ? ਕੋਈ ਰੋਕਦਾ ਤੁਹਾਨੂੰ ਫਤਿਹ ਬੁਲਾਉਣ ਤੋਂ? ਫਤਿਹ ਅਸੀਂ ਆਪ ਬੁਲਾਉਣੀ ਛੱਡ ਦਿੱਤੀ ਆ। ਅਤੇ ਉੱਧਰੋਂ ਜ਼ੋਰ ਲੱਗਿਆ ਵਿਰੋਧੀ ਧਿਰ ਦਾ ਕਿ ਸਾਡਿਆਂ ਇਹਨਾਂ ਸੜਕ ਦੇ ਉੱਤੇ ਲੱਗਿਆ ਹੋਇਆ ਬੋਰਡਾਂ ਦੇ ਉੱਤੇ ਉਹ ਹਿੰਦੀ ਅਤੇ ਅੰਗਰੇਜ਼ੀ ਲਿਖੀ ਜਾਂਦੇ ਨੇ, ਫਿਰ ਗੁਰਮੁਖੀ ਕਿੱਥੇ ਜਾਊ ਬਾਈ? ਅਤੇ ਜਗਲੋ ਅਗਲਾ ਫਿਰ ਸਿਰ 'ਤੇ ਚੜ੍ਹ ਕੇ ਨੱਚਦਾ ਫਿਰ ਕਿਉਂ ਪਿੱਟਣੇ ਆ? ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਸਾਨੂੰ ਫਤਿਹ ਦੇ ਵਿੱਚ ਬੜੀ ਵੱਡੀ ਬਰਕਤ ਦਿੱਤੀ ਆ, ਕਹਿੰਦੇ ਤੁਹਾਡੀ ਸਦਾ ਹੀ ਫਤਿਹ ਹੋਊਗੀ। ਪਰ ਫਤਿਹ ਤਾਂ ਹੋਊਗੀ ਜੇ ਫਤਿਹ ਬੁਲਾਵਾਂਗੇ, ਤਾਂ ਜੇ ਫਤਿਹ ਬੁਲਾਵਾਂਗੇ ਤਾਂ, ਕਿਉਂਕਿ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਆਪਾਂ ਨੂੰ ਸਾਜਿਆ ਸਿੰਘ ਸਿੰਘ, ਤੇ ਸਿੰਘ ਸ਼ਬਦ ਦਾ ਅਰਥ ਵਿਦਵਾਨਾਂ ਨੇ ਕੀ ਕੱਢਿਆ? ਸ਼ੇਰ, ਸ਼ੇਰ ਤਾਂ ਸ਼ੇਰ ਫਿਰ ਪਿਆਰੇ ਦਹਾੜਾ ਪਾਉਂਦਾ ਹੀ ਚੰਗਾ ਲੱਗਦਾ, ਸ਼ੇਰਾਂ ਦੇ ਜਵਾਨਾਂ ਚੁਣ ਕੇ ਗਰਜ ਸਦਾ ਤੇ ਮਿਉਂ ਮਿਉਂ ਕਰੀ ਜਾਣਾ ਕੰਮ ਹੁੰਦਾ ਬਿੱਲੀ ਦਾ, ਦੋ ਸਿੰਘ ਆਪੋ ਵਿੱਚ ਫਤਿਹ ਦੀ ਜਾਂ ਸਾਂਝ ਪਾਉਂਦੇ, ਹੁੰਦਾ ਨਹੀਂ ਉਹ ਫਾਇਦਾ ਕੋਈ ਬੁਲਾਈ ਫਤਿਹ ਬਿੱਲੀ ਦਾ, ਉਹ ਜਿੱਥੇ ਜਾ ਕੇ ਗੱਜ ਗੱਜ ਸਿੰਘਾਂ ਨੇ ਬੁਲਾਈ ਫਤਿਹ, ਕਣ ਕਣ ਬੋਲਦਾ ਲਾਹੌਰ ਅਤੇ ਦਿੱਲੀ ਦਾ, ਜਿਹਦੀ ਜਵਾਨ 'ਚ ਫਤਿਹ ਉਹਦੀ ਜਹਾਨ 'ਚ ਫਤਿਹ, ਜਿਹਦੀ ਬੁੱਲਾਂ 'ਚ ਫਤਿਹ ਉਹਦੀ ਗੁੱਲਾਂ 'ਚ ਫਤਿਹ, ਜਿਹਦੀ ਰਾਗ 'ਚ ਫਤਿਹ ਉਹਦੀ ਜੱਗ 'ਚ ਫਤਿਹ, ਜਿਹੜਾ ਬੁਲਾਉਂਦਾ ਢਿੱਲੀ ਫਤਿਹ ਉਹਨੂੰ ਕਦੇ ਨਾ ਮਿਲੀ ਫਤਿਹ, ਜਿਹੜਾ ਫਤਿਹ ਬੁਲਾਉਂਦਾ ਗੱਜ ਕੇ ਉਹਨੂੰ ਫਤਿਹ ਮਿਲਦੀ ਹੈ ਭੱਜ ਕੇ, ਫਿਰ ਬੈਠੋ ਜੀ ਸੱਜ ਕੇ ਆਖੋ ਜੀ ਗੱਜ ਕੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਾਹਿਬਾਂ ਦੀ ਬਾਣੀ ਦਾ ਫਰਮਾਨ ਹੈ, ਜਿੱਥੇ ਨਾਮ ਜਪੀਏ ਪਰਾ ਪਿਆਰੇ ਸੇ ਆਸਣ ਸੋਹਣ ਚਬਾਰੇ, ਜਿੱਥੇ ਨਾਮ ਨਾ ਜਪੀਏ ਮੇਰੇ ਗੋਇੰਦਾ ਸਹੀ ਨਗਰ ਉਜਾੜੀ ਜਿਓ। ਵਾਹਿਗੁਰੂ ਦੀ ਅਪਾਰ ਬਖਸ਼ਿਸ਼ ਹੋਈ ਹੈ ਕਿ ਨਗਰ ਮੋਠਾਂ ਵਾਲੀ ਦੀ ਸੰਗਤ ਦੇ ਹਿੱਸੇ ਵਿੱਚ ਦੋ ਦੀਵਾਨ ਆਏ ਨੇ, ਦੋ ਦੀਵਾਨ, ਇਹ ਵਾਹਿਗੁਰੂ ਦੀ ਕਿਰਪਾ ਹੈ। ਇਹਨਾਂ ਨੇ ਭੈਣਾਂ ਭਰਾਵਾਂ ਦੇ ਪਿਆਰ ਸਹਿਯੋਗ ਸਦਕਾ ਨਗਰ ਦੇ ਨੌਜਵਾਨਾਂ ਦੇ ਉੱਦਮ ਅਤੇ ਉਪਰਾਲੇ ਦੇ ਨਾਲ, ਪ੍ਰਬੰਧਕ ਜਨਾਂ ਦੇ ਸਹਿਯੋਗ ਦੇ ਉਪਰਾਲੇ ਦੇ ਨਾਲ, ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜਾਂ ਦਾ ਓਟ ਦੇ ਆਸਰਾ ਲੈਂਦਿਆਂ ਹੋਇਆਂ ਹਰ ਸਾਲ ਦੀ ਤਰ੍ਹਾਂ ਤੁਸੀਂ ਇਹ ਸਮਾਗਮ ਕਰਾਉਂਦੇ ਹੋ ਤਾਂ ਕਿ ਆਉਣ ਵਾਲੀ ਪੀੜ੍ਹੀ ਨੂੰ ਸਾਡਾ ਇਤਿਹਾਸ ਪਤਾ ਰਹੇ। ਵੱਡੇ ਪਾਕ ਨੇ ਆਪਣੀ ਜ਼ਿੰਦਗੀ ਦੇ, ਕੱਲ੍ਹ ਦਾ ਪ੍ਰੋਗਰਾਮ ਤੁਹਾਡੇ ਨਾਲ ਪੱਕਾ ਸੀ ਪਰ ਮੇਰਾ ਪ੍ਰੋਗਰਾਮ ਦੂਰ ਹੋਣ ਕਰਕੇ ਸਤਿਕਾਰਯੋਗ ਛੋਟਾ ਵੀਰ ਗੁਰਪ੍ਰੀਤ ਸਿੰਘ ਜੀ ਲਾਂਡਰਾ ਉਹਨਾਂ ਦੇ ਨਾਲ ਮੈਂ ਇਹ ਟਾਈਮ ਨੂੰ ਅਦਲਾ ਬਦਲੀ ਕਰਕੇ ਤੁਹਾਡੇ ਦਰਸ਼ਨ ਦੁਆਰੇ ਅੱਜ ਮੈਂ ਦੂਸਰੇ ਦੀਵਾਨ ਵਿੱਚ ਕਰ ਰਿਹਾ। ਉਹਨਾਂ ਦਾ ਵੀ ਬਹੁਤ ਬਹੁਤ ਧੰਨਵਾਦ ਜਿਹਨਾਂ ਸਾਡੀ ਬੇਨਤੀ ਨੂੰ ਪ੍ਰਵਾਨ ਕੀਤਾ, ਕਿਉਂਕਿ ਮੈਂ ਦੂਰੋਂ ਚੱਲ ਕੇ ਆਉਣਾ ਸੀ, ਹੋ ਸਕਦਾ ਮੈਂ ਕੱਲ੍ਹ ਸਮੇਂ ਨਾਲ ਨਾ ਪਹੁੰਚ ਸਕਦਾ। ਕਥਾ ਕਹਾਣੀਆਂ ਆਪਾਂ ਗੁਰੂ ਦੀਆਂ ਪਾਉਣੀਆਂ ਨੇ। ਮੇਰੇ ਤੋਂ ਪਹਿਲਾਂ ਸਤਿਕਾਰਯੋਗ ਬਾਬਾ ਗੁਲਾਬ ਸਿੰਘ ਜੀ ਆਪ ਜੀਆਂ ਦੇ ਨਾਲ ਵਿਚਾਰਾਂ ਕਰ ਰਹੇ ਸਨ, ਬੜੀਆਂ ਉੱਚੀਆਂ ਸੁਰਾਂ ਵਿੱਚ ਧਾਰਨਾ ਦੇ ਨਾਲ ਤੁਹਾਨੂੰ ਜੋੜਨ ਦਾ ਯਤਨ ਕਰ ਰਿਹਾ ਸੀ। ਜਿੱਥੇ ਆਪਾਂ ਧੰਨ ਧੰਨ ਮਾਤਾ ਗੁਜਰ ਕੌਰ ਅਤੇ ਚਾਰ ਸਾਹਿਬਜ਼ਾਦਿਆਂ ਦੀ ਸ਼ਹਾਦਤ ਨੂੰ ਯਾਦ ਕਰਦੇ ਹਾਂ, ਅਤੇ ਜਿੱਥੋਂ ਤੱਕ ਮੈਨੂੰ ਯਾਦ ਹੈ
कि शायद मैं बड़े साहबजादों का साका जरा शहीदी का तुहाडे नाल एक साल पहला भाव एक साल तो पिछले परार आप कह लिए मैं तुहाडे नाल वह साका साझा कर चुका जिथों तक मैनू पता। आओ आप धन गुरु गोबिंद सिंह महाराज के प्रति दो चार विचार करके मैं इतिहास में अगे लैके जाने का यतन करा पता कि जड़िया फोटो तुम बार फ्लैक्सा के उत्ते लाइया हुई ने यह भी साडा इतिहास है। बाबा जरनैल सिंह की बात पा के कहने बाबा गुलाब सिंह जी स्टेज तो कि उन्होंने तस्वीर बिकदिया ने जिन्हों जमीर नहीं बिकदिया। मैं उन्होंने बात अज थोड़े ना पावगा मन मेरा बनया एकाग्रता तुम बना के रखियो बातें मैं थोड़े ना पावगा। धन गुरु गोबिंद सिंह महाराज सच्चा पातशाह भाई नंद लाल जी जिन्हों के अगे बैठे ने तो भाई नंद लाल जी अगे बैठे कलगिया वाले पातशाह तख्त उत्ते विराजमान ने तो भाई नंद लाल जी लिखन लग गए ने नासरो मनसूर गुरु गोबिंद सिंह एज दी मनयूर गुरु गोबिंद सिंह खालसो बेकीना गुरु गोबिंद सिंह हक हक आईना गुरु गोबिंद सिंह आईना कहिंदे शीशे नूं सच दे देखण वाली तस्वीर शीशे तो ज़्यादा कोई सच नहीं विखाल सकता जिहदे विच मनुख की सूरत भी दीदी है तो सूरत के नाल नाल जिदण बंदे की सीरत बंदे नूं दसण लग गई ना उदण तुसीं सच के मार्ग उत्ते चलण लग पाओगे जदन तुसी शीशे बचों अपनी सीरत भी वेखोगे। नासरो मनसूर गुरु गोबिंद सिंह एज दी मनयूर गुरु गोबिंद सिंह खालसो बेकीना गुरु गोबिंद सिंह हक हक आईना गुरु गोबिंद सिंह हक हक आदेश गुरु गोबिंद सिंह बादशाह दरवेश गुरु गोबिंद सिंह कादरे हरकार गुरु गोबिंद सिंह बेकसारा यार गुरु गोबिंद सिंह कहिंदे जिहदा कोई सहारा नहीं जिहदी कोई बांह फड़न वाला नहीं उहदी बांह कलगियां वाले पातशाह ने फड़ी ते उहदे सहारे बाजां वाले पातशाह आप बने ने। ते भाई नंद लाल जी सिफत करदे करदे एक जगह बहुत वड्डी सिफत कर गए सच्चे पातशाह वलियां वेख के पता की आखिया शाह शहन शाह गुरु गोबिंद सिंह दाता तू शहन शाहां दा शहन शाह ए। ते कलगियां वाले पातशाह पता की कहिंदे जदों चल कश्मीर तो आए पंडित किसे कवि दे ख्याल जदों चल कश्मीर तो आए पंडित उदों पिता का सल सहारिया मैं ठंडे बुरज में बारी मैं मात गुजरी वह भी गुजरिया समय गुजारिया मैं जेडे दिते सी रब ने लाल चारे वह भी जोड़ा जोड़ा करके वारिया मैं मैनू शहर शाह सिंह ना आखो कर जा किस तरह के नाल उतारिया करगी बालिया करा की सिफत तेरी ते मरदा जग सारा तेरी शान उते थोड़ी रिपीट दो पत्थर लोहे दे तैं बरसा दिते औरंगजेब बरगे हुकमरान उते इस देश दी जान बेच जान पाइयो जी भाई दुख चल के अपनी जान उते करजा रब दा तार के खालसा जी ते करजा चाड़ता हिंदू सतान उते सिफत तेरी कागज कलम तो तेरा आकार वड्डा तेरे चोज ते तेरी वड्याई वड्डी तेरे चोजां दा चोजी भंडार वड्डा जुगां तक ना लथना खालसे तो सिख कौम ते तेरा उधार वड्डा किड्डा वड्डा उधार है जी बाजां वाले पातशाह दा। थोड़ा जिहा ध्यान दिओ इधरले पासे नूं आपां बाजां वाले पातशाह नूं की कहिंदे आ जी सरवंस तुहाडे वल्लों आवाज़ आउणी चाहीदी है आपां की कहिंदे आ जी सरवंस दानी कहिंदे आ ना जी ते सरबंसदानी किवें बनिया जांदा सरबंसदानी का मतलब कि अपने खानदान का एक भी बाल बच्चा एक भी जी जिहड़ा वह जिउंदा ना रहे उहनूं कहिंदे सरबंसदानी। एक भी चौं पुत्रां विचों एक भी पुत कलगियां वाला पातशाह बचा के रख लैंदा कदे इतिहास विच सरबंसदानी शब्द ना लिखिया जांदा ते दुनिया में किसी होर दूजे तीजे का नाँ नहीं है जिन्हें सरबंसदान किया हो जो सरबंसदानी बनया तो धन गुरु गोबिंद सिंह महाराज सच्चा पातशाह एवें नहीं सरबंसदान हो गया तो सरबंसदानी हुण चेते कौन रखूगा जी
सरबंसदानी नूं चेते कौन रखूगा। बड़े दुख नाल गल्लां कहणियां पै रहियां ने कि सरबंसदानी दा चेता किवें रहूगा। मैं एक सवाल करां तुहानूं कि बाबा अजीत सिंह, बाबा जवाहर सिंह, बाबा जोरावर सिंह, बाबा फतेह सिंह अपने की लगते ने? बोलियो मर जा हुण, अपने की लगते ने भाई? एक बारी अपने दिल ते हथ रख के वेखो भाई, कदी इथों उन्हां नूं अपने भरा मन्निया? कदी इथों उन्हां नूं अपने भाई मन्निया? माफ करना नहीं। तुसीं आखो कि ज्ञानी जी कहना की चाहुंदे हो, साडा तुहाडा भरा चाचा ताया कोई इत्थे एक्सीडेंट हो जावे ना सज्जे खब्बे, ते जिन्नी देर तक अपनी जिंदगी हुंदी ना आपां उन्नी देर तक उस जगह नूं भुलदे नहीं। जदों भी उत्थों दी लंघदे आ याद ताज़ा हो जाती है। कोई नाल सज्जन मित्र गड्डी मोटर दे बैठा जावे ना ते उन्हूं आपां कह के उंगली करके समझाउने आ, इत्थे भाणा वापरिया सी, इत्थे आ जगह खा गई साडे पुत नूं, कहिंदे आ ना जी। ते कदे चमकौर साहब शहर विच दी लंघन लग्गिया कदी उंगलां कर करके किसी नूं समझाया कि साडे धर्म दे भरा इत्थे शहीदी प्राप्त कर गए? कदी फतेहगढ़ साहब जाके उंगलियां कर करके किसी नूं समझाया कि इत्थे साडे धर्म दे छोटे भाई नीयां विच छुप गए सी? असी ते अपने बच्चों नूं नहीं समझा सके कुछ, तो दूजे तीजे नूं असी की समझाउणा? माफ करना, दुनिया में आने मरदे भी हाँ जमदे भी हाँ। मैं बात अपनी उत्थे लैके जानी है हुण, हाथ जोड़ के एक बेनती करन लगा, मेरियो भैनो मेरियो भाइयो, तुहाडे बच्चों का दिमाग वाश किया जा रहा, हर हीले हर घड़ी सियाणियां दीआं लोकी बाहां फड़ फड़ के ले जांदे ने, धर्म परिवर्तन हो रहा। आ तुहाडे इलाके विच बड़ी नेरी आई हुई इस गल की, धर्म परिवर्तन लालच दिंदे ने लोग, नाल दीआं भैणां तुहाडे घर दा बेड़ा गर कर दीआं ने, उत्थे बीमारी ठीक हुंदी है, चल मेरे नाल, चल मेरे नाल। धर्म परिवर्तन भाई मनी सिंह ने तां कीता नहीं, धर्म परिवर्तन बाबा जोरावर सिंह, बाबा फतेह सिंह उन्हां नूं कहा सी तुहानूं हूरां दे डोले दित्ते जाणगे, धर्म परिवर्तन कर लो। वह कहिंदे नीयां विच ते खड़ जांगे पर धर्म परिवर्तन मंजूर नहीं। धर्म परिवर्तन बाबा बंदा सिंह बहादुर नूं वी कहा गया, बाबा बंदा सिंह बहादुर की गोद में उसका चार साल का बच्चा जय सिंह रखा गया। फकशीर ने छुरा दिता, कहिंदा अपने बच्चे दे छुरा मार, बाबा बंदा सिंह बहादुर ने छुरा पर सुट दिता, कहिंदा क्यों बंदा सिंह डर गया, कल तक तो बहादुर बनया फिरदा सी। वो कहिंदा फकशीर ये तो मेरा पुत है, एदी जगह तेरा पुत भी हुंदा ते मैं उहदे कदे छुरा ना मारदा, क्योंकि मेरे गुरु ने मैनू ये सबक नहीं सिखाया कि बच्चे बुढ़े दे उते नहत्थे दे उते वार करना। बाप दे सामने बच्चे दी छाती विच खंजर मारिया, बच्चे दा कालजा कढ़िया, तड़फ दे बच्चे दा कालजा कढ़ के बाबा बंदा सिंह बहादुर दे मूँह विच पाया। जिहड़े लोग हुण धर्म परिवर्तन करदे ने, मैं बेनती उहनां नूं करन लगा, कन्न खोल के सुणिया जे, बाबा बंदा सिंह बहादुर के मूँह के जो बच्चे का कालजा पाया ना, तो फकशीर ने पूछया कहिंदा किवें दा स्वाद है, इहदा स्वाद की है? तो बाबा बंदा सिंह बहादुर ने आख्या कहिंदा फकशीर जदों कोई जवाई सहुरे परिवार में पहली बारी ढुकदा तो अग्यों उहदी सस उहदे मूँह में लड्डू पा के उहदा मूँह जठालदी है ना, मैं उन्हां लड्डूआं का स्वाद महसूस करदा। कर लै तू जो करना, बच्चे दियां अंदरां कट के बाबा बंदा सिंह बहादुर के गल में हार पाए गए, अंदरां कट के गल में पातियां, कहिंदा की महसूस करदा? बाबा बंदा सिंह बहादुर कहिंदा जदों कोई वड्डा राजा चल के आउंदा ते छोटा राजा सत्कार वजों उहदे गल में फुल्लां दे हार पाउंदा, अज मैं अपने आप नूं वड्डा ते तैनूं छोटा समझदा ते इन्हां अंदरां नूं फुल्लां दे हार समझदा। बच्चे की छाती विचों चूली भरी है लहू दी, बंदा सिंह बहादुर के मूँह तो छट्टे मारे गए, बंदा सिंह की महसूस करदा? बंदा सिंह बहादुर आखन लगा ये चंदन दियां महकां आउंदियां ने, आखो सतनाम श्री वाहिगुरु, ये साडा इतिहास है, उन्होंने तो धर्म परिवर्तन किया ना, तो अज तुसी किहड़े पासे नूं चल पए भाई, किहड़े पासे नूं चल पए हो? धर्म परिवर्तन करन वाले हो, कदे सोचो कि असी उस गुरु के पुत धियां हाँ जिन्हें ये पंथ साजिया, पंथ बड़ा बड़ा रुतबा दिता। हिंदू औरत गल दे विच जंजू नहीं पाउंदी,
उन्हां दे धर्म च पुछ के वेख लियो, केवल मर्द जनेऊ पहनदा, औरत नहीं। मुसलमान धर्म दे विच मर्द नवाज पढ़दा, औरत नहीं। पर धन गुरु गोबिंद सिंह महाराज ने तुहानू सारा कुछ दिता बराबर दा, कि जे मेरा पुत पंजां ककारां दा धारनी होवेगा ना तो मेरी धी भी पंजां ककारां दी धारनी होवेगी, जे मेरा पुत पंज बाणियां दा नितनेमी होवेगा तो मेरी धी भी नितनेमी होवेगी। किड्डी वड्डी बख्शिश कीती सच्चे पातशाह ने। तुसीं किसे बाबे साध दे डेरे दे उत्ते बच्चे छड्ड के आउंदे हो, अज इहनां दे मगर लग के तुसीं धर्म परिवर्तन करके आउंदे हो, उत्थे ले जा के तुहाडियां धीआं भैणां चलो परिवर्तन करदे, किसे बच्ची नूं छड्ड के आउंदे, ते गुआंढी पता की कहिंदे आ, अकल दे अन्नियां ने जवान धी उत्थे छड्डी होई आ। कहिंदे कि नहीं कहिंदे, सिर मारी जाए हुण, कहिंदे आ ना कि अकल दे अन्नियां ने जवान धी उत्थे छड्डी होई है, ते उही किते बची धन गुरु ग्रंथ साहिब महाराजां दी ताबिया विच बैठ के बाणी पढ़दी होवे ना, ते लोकी कहणगे ओए धर्मी मां बाप दी बची गुरु की बाणी पढ़ रही है। इन्ना फर्क है। बाजां वाले पातशाह ने बड़ा कुछ दिता सानू, धन गुरु गोबिंद सिंह महाराज सच्चे पातशाह ने। धर्म परिवर्तन नहीं, ये घर है। धन गुरु गोबिंद सिंह महाराज सच्चा पातशाह तुहानू अपनी गोद देवेगा, तुसीं उहदी गोद दा निग माणोगे। माता गुजर कौर तुहानू अपनी गोद देवेगी, गोद दा निग माणोगे। जिन्हां दा अपना कुछ नहीं बनिया ते तुहाडा की सवार देणगे भाई, जिन्हां दा अपना कुछ नहीं बनिया तुहाडा की सवार देणगे। यही प्रचार बाबा जरनैल सिंह जी खालसा पिंडरां वालिआं दा सी। बाबा कौम बाबा जरनैल सिंह जी खालसा पिंडरां वाले, अज उहदा घाटा कौन दसे? जे उहदा घाटा पुछणा ना तां किसे गरीब बाप दे कोलों पुछो, किसे गरीब बाप दे कोलों। तुहाडे बच्चिआं दा दिमाग वाश कीता जा रहा। मेरा विशा इह सी, जिन्ना दुख तुहानू है ना मूसे वाले दी मौत दा, उन्ना दुख मैनू भी है, क्योंकि एक माँ दा 6.5 फुट पुत जिहड़ा उह मार के खत्म कर दिता, उन्ना दुख मैनू भी है। पर मरना सारिआं नहीं है। इहदा मतलब इह नहीं कि आपां इन्ने कु दीवाने हो जाइए किसे दे, कि अज उस गाउण वाले दीआं फोटोआं साडे पुत बाहां दे उत्ते खणवाउंदे फिरन, ते जे अज उस गाउण वाले दीआं फोटोआं तुसीं बाहां मोढ़ां दे उत्ते खणवाउंगे ते फिर साहिबजादा दी फोटो कित्थे जाऊगी? बाबा जोरावर सिंह बाबा फतेह सिंह दी फोटो कित्थे जाऊगी? कदे बाहर स्टाल लगदे सी ते बाबा जरनैल सिंह दीआं फोटोआं वालीआं टी शर्टां रखियां जांदियां सी। अज तुसीं कितें शहरां विच घूम के वेख लो, 90% गाउण वाले दीआं फोटोआं वालीआं टी शर्टां विकदीआं ने। तुहाडे बच्चिआं दा दिमाग वाश कीता जा रिहा। जिहड़े अज दे नौजवान ने, मैं उन्हां प्रति बेनती करन लगा, बई एडा वी जनून ना दिमाग विच लियाओ कि इह जनून तुहाडे वास्ते मुसीबत बन जावे। पता कहड़ी? अज देखण वाली फोटो किसी दी गाउण वाली दी, तुसीं उहदे दीवाने बन गए। तां जिद्दण तुहाडा विआह होया, गांह तुहाडे बच्चे पैदा होए, वह फिर पुछणगे भी ये कैसी फोटो है, फिर की दसोगे? किहड़े अवतार की फोटो है, किहड़े संत की फोटो है, किहड़े शहीद की फोटो है, किहड़े योधे की फोटो है, की दसोगे? जे तो कोई जवाब है इस गल का, फिर मैं बंद कर दिंदा भाई ये गल्लां। उन्हें तो अपने माँ प्यो की फोटो खणवाई हुई सी, तुसीं भी अपने प्यो की फोटो खणवाओ, तुसीं भी अपनी माँ की फोटो खणवाओ। घट्टो घट तुसी दसण जोगे तो रह जाओगे अपने धियां पुत्रां नूं, तेरे बाबे की फोटो है, तेरे पड़दादे की फोटो है, तेरे ताए की फोटो है, तेरे चाचे की फोटो है, कह दे दोगे? जिहदे नाल साडा कोई खून का बाह वास्ता नहीं, ये साडे बच्चों के दिमाग वाश किए जा रहे हैं। जिहड़ा बच्चा कदे कहिंदा सी मां मैं पिंडरां वाले संतां की फोटो वाली टी शर्ट पाउनी है, तो अज बच्चा बड़े फकर नाल उस गाउण वाले का नाम ला के कहिंदा मैनू ओदी फोटो वाली टी शर्ट लैके दे। ये फ्लैक्सां लाउण दा सानू तां ही फायदा, क्योंकि अपने हक्कां दी लड़ाई है। बाहर तुसीं वेख रहे हो कि जेलां विच साडे बंदी सिंघ अपनी उम्र के हिसाब नाल गौरमेंट की दित्ती हुई सज़ा तो उपर कई कई साल हो गए ने, जिन्हां दीआं सज़ावां भी पूरियां हो गईआं। ते बाबा जरनैल सिंह जी भी यही कहिंदे सी, कहिंदे वो सिखो किसे दे अगे हाथ ना अड्डो, हाथ अड्डन वाले नूं लोकी भखारी कहिंदे ने, ते सिख किसे दा भखारी नहीं, क्योंकि सिख पातशाह गुरु दा बादशाह सिख है। हक लैण वास्ते पब्बां दे बाहर होना पैंदा, क्योंकि हक हक दे जोर नाल लईदे ने। उहनां हक्कां दी गाथा ढाडी जथा गा गए Thank you।
ਸੀ ਬੇਲਾ ਦੇ ਹੱਥੋਂ ਲੰਘਿਆ ਪੈ ਜਾਣਾ ਗੇੜ ਚੁਰਾਸੀ ਸਤ ਜੀ ਸਟੇਜ ਦੇ ਉੱਤੇ ਕਰਕੇ ਵੀ ਹੱਕ ਲੈਣੇ ਪੈਂਦੇ ਹੱਕ ਲੈਣੇ ਪੈਂਦੇ ਸਿੰਘੋ ਲੜਕੇ ਵੀ ਹੱਕ ਲੈਣੇ ਪੈਂਦੇ ਹੱਕ ਲੈਣੇ ਪੈਂਦੇ ਸਿੰਘੋ ਲੜਕੇ ਵੀ ਹੱਕ ਲੈਣੇ ਪੈਂਦੇ वाहेगुरु मैं बेनती कर लगा हूं प्रोग्राम लाइव चलता है जो एम बच्चे बंद जहा हो जाता ना इन्नी कलैपी दसा के सकेंटा की किसी ने पा के घुमाती मेरा 17 साल का किता करा खे हो जू ये सच्ची गल है ਵੀਰ ਜੀ ਇਲੈਕਟ੍ਰੋਨਿਕ ਕੰਮ ਹੈ ਮੈਨੂੰ ਪਤਾ 19-21 ਹੋ ਜਾਂਦੀ ਹੈ ਮੈਂ ਨਾ ਸਵੇਰੇ ਗੁਰਪ੍ਰੀਤ ਲਾਂਡਰੇ ਨੂੰ ਫੋਨ ਕਰਿਆ ਮੈਂ ਕਿਹਾ ਛੋਟੇ ਵੀਰ ਤੂੰ ਕੀ ਸੁਣਾ ਕੇ ਆਇਆ ਵੀ ਇਹ ਨਾ ਹੋਵੇ ਜੋ ਤੁਸੀਂ ਸੁਣਾ ਕੇ ਆਏ ਮੈਂ ਵੀ ਉਹੀ ਸੁਣਾ ਦਾਂ ਵਜਾ ਦੇ ਹੌਲੀ ਹੌਲੀ ਮੈਂ ਵੀ ਉਹੀ ਸੁਣਾ ਦਾਂ ਅਤੇ ਮੈਨੂੰ ਕਹਿੰਦਾ ਵਾਰ ਜੀ ਮੈਂ ਸਟੇਜ ਦੇ ਉੱਤੇ ਤਾਂ ਚੜਿਆ ਸੀ ਵੱਡੇ ਸਾਹਿਬਜ਼ਾਦਿਆਂ ਦਾ ਪ੍ਰਸੰਗ ਬੋਲਾਂ ਚੜ੍ਹਦੀ ਕਲਾ ਵਾਲੀਆਂ ਬਾਰਾਂ ਕਹਿੰਦਾ ਪਰ ਥੋੜ੍ਹੀ ਸਾਊਂਡ ਦੀ ਡਿਸਟਰਬਿੰਗ ਆਈ ਅਤੇ ਮੈਂ ਕਹਿੰਦਾ ਮਨ ਬਦਲਿਆ ਮੈਂ ਛੋਟੇ ਸਾਹਿਬਜ਼ਾਦਿਆਂ ਦਾ ਪ੍ਰਸੰਗ ਸੁਣਾਇਆ ਨਹੀਂ ਤਾਂ ਫੋਨ ਕਰਕੇ ਪੁੱਛ ਲਓ ਵੀ ਇਹ ਗੱਲ ਹੋਈ ਕਿ ਨਹੀਂ ਹੋਈ ਕਿਉਂਕਿ ਬੁਲਾਰਾ ਆਪਣਾ ਜ਼ੋਰ ਲਾ ਸਕਦਾ ਬੇਸ਼ੱਕ 2-4 ਬਕਸੇ ਬੰਦ ਕਰ ਦਿਓ ਮੈਨੂੰ ਕੋਈ ਨਹੀਂ ਪਰ ਜਿਹੜੀ ਡਿਸਟਰਬਿੰਗ ਹੈ ਨਾ ਵੀ ਇੱਕ ਚੱਲ ਪਿਆ ਇੱਕ ਬੰਦ ਹੋ ਗਿਆ ਇੱਥੇ ਖੜਿਆਂ ਨੂੰ ਪਤਾ ਲੱਗਦਾ ਛੋਟੇ ਵੀਰ ਮੈਂ ਉੱਦਾਂ ਨਹੀਂ ਕਹਿੰਦਾ ਤੈਨੂੰ ਕਿਉਂਕਿ ਜਦੋਂ ਮੈਂ ਗੁੱਸੇ ਨਾਲ ਬੋਲਾਂ ਫਿਰ ਮੈਂ ਥੱਲੇ ਉੱਤਰ ਕੇ ਬੋਲਦਾ ਨਾ ਸਟੇਜ ਤੋਂ ਨਹੀਂ ਕਦੀ ਬੋਲਿਆ ਜਿੱਦਾਂ ਦਾ ਤੁਹਾਡਾ ਕੰਮ ਉੱਦਾਂ ਦਾ ਕਿਉਂਕਿ ਆਪਣਾ ਤਾਲਮੇਲ ਹੋਣਾ ਚਾਹੀਦਾ ਜਿੰਨੀ ਦੇਰ ਤੱਕ ਆਪਣਾ ਤਾਲਮੇਲ ਨਹੀਂ ਨਾ ਬਣਦਾ ਇਸ ਕਰਕੇ ਮੇਰੀ ਬੇਨਤੀ ਨੂੰ ਸਮਝੋ ਆਉਣ ਵਾਲੀਆਂ ਲਾਈਨਾਂ ਢਾਡੀਆਂ ਥਾਂ ਹੁਣ ਨਹਿਰੂ ਨੇ ਦਗਾ ਕਮਾਇਆ ਗਾਂਧੀ ਨੇ ਲੋੜ ਸੀ ਪਾਇਆ ਸਾਡੇ ਫੱਟੇ ਉੱਤੇ ਬਣਦੀ ਤੇ ਤੇਲ ਚਵਾਇਆ ਹੱਥ ਅੱਡ ਕੇ ਨਹੀਂ ਹੱਥ ਅੱਡਿਆਂ 'ਤੇ ਭੀਖ ਮਿਲਦੀ ਹੈ ਅਤੇ ਸਿੱਖ ਕਿਸੇ ਦਾ ਭਿਖਾਰੀ ਨਹੀਂ ਸਿੱਖ ਕਿਸੇ ਦਾ ਭਿਖਾਰੀ ਨਹੀਂ ਅਤੇ ਬਾਬਾ ਜਰਨੈਲ ਸਿੰਘ ਦੀਆਂ ਇਹੀ ਬਾਤਾਂ ਸੀ ਇੱਕ ਗੱਲ ਯਾਦ ਰੱਖਿਓ ਬਾਬਾ ਜਰਨੈਲ ਸਿੰਘ ਜੀ ਦੇ ਵੇਲੇ ਵੀ ਤਾਂ ਮੁੰਡੇ ਮੋਨੇ ਸੀ ਉਹਨਾਂ ਨੇ 2 ਸਾਲਾਂ ਦੇ ਵਿੱਚ ਕਿਵੇਂ ਸਰਦਾਰ ਬਣਾਤੇ ਕਿਉਂਕਿ ਉਹ ਆਪ ਪੂਰਾ ਸੀ ਮੇਰੇ ਵਰਗਾ ਅਧੂਰਾ ਕਿਸੇ ਨੂੰ ਪੂਰਾ ਨਹੀਂ ਬਣਾ ਸਕਦਾ ਉਹ ਆਪ ਪੂਰੇ ਸਨ ਜੇ ਸੱਚੀ ਪੁੱਛੋ ਅਸੀਂ ਤਾਂ ਸਿੱਖ ਗੁਰਦੁਆਰਿਆਂ ਚੋਂ ਭਜਾਏ ਹੈ ਸਿੱਖ ਬਣਾਏ ਨਹੀਂ ਅਸੀਂ ਸਿੱਖ ਭਜਾਏ ਆ ਸਿੱਖ ਬਣਾਏ ਨਹੀਂ ਬਾਬਾ ਜਰਨੈਲ ਸਿੰਘ ਜੀ ਨੇ 2 ਸਾਲਾਂ 'ਚ ਲਾਮਬੰਦ ਸਿੱਖੀ ਨੂੰ ਕਿਵੇਂ ਕੀਤਾ ਨੌਜਵਾਨ ਮੁੰਡੇ ਉਦੋਂ ਵੀ ਦੀਵਾਨ ਵਿੱਚ ਆਉਂਦੇ ਸੀ ਬਾਬਾ ਜਰਨੈਲ ਸਿੰਘ ਜੀ ਕਥਾ ਕਰਦੇ ਸੀ ਉਹਨਾਂ ਦੀ ਕਥਾ ਤੋਂ ਇੰਨੇ ਪ੍ਰਭਾਵਿਤ ਹੋ ਜਾਂਦੇ ਸਨ ਅਤੇ ਉਹਨਾਂ ਦੇ ਪ੍ਰਭਾਵ ਦੀ ਬਾਤ ਕਰਾਂ ਬਾਬਾ ਜਰਨੈਲ ਸਿੰਘ ਜੀ ਕੋਲ ਇੰਨਾ ਸਮਾਂ ਨਹੀਂ ਸੀ ਹੁੰਦਾ ਕਥਾ ਕੀਤੀ ਉੱਠ ਕੇ ਗੱਡੀ 'ਚ ਬੈਠੇ ਚਲੇ ਗਏ ਇੱਕ ਵਾਰੀ ਹਵਾ ਵੀ ਰੁਕ ਜਾਂਦੀ ਸੀ ਜਿੱਥੋਂ ਦੀ ਬਾਬਾ ਜਰਨੈਲ ਸਿੰਘ ਲੰਘਦਾ ਸੀ ਸੱਚਾਈ ਹੈ
24 25 साल असीं पहला जवानी नूं पता नहीं लगन दिता। जे इंटरनेट दे उत्ते सर्चा कर करके उन्हें बाबा जरनैल सिंह जी नूं जानना कीता, 41 लैक्चर ने बाबा जरनैल सिंह दे इंटरनेट दे उत्ते, 41 क्लिपां कनेडा अमेरिका इटली जर्मन फ्रांस वर्गे देशों में, उत्थों दे नौजवानों ने सर्चा कीतियां ते पता लगा कि भिंडरां वाला कौन सी। ते जिदन इन्हां जवानों नूं पता लगन लग्या उदन कलाकारां ने हत्थ चक ली। फिर कोई कहिंदा मित्रां ने मुछ रखी है, अद्धे पंजाब दे मुंडे उहदे वांगू मुछां रखी फिरदे आ, चुल्हे 'च डालो इहो जिहियां मुछां जिन्हां दे सिर ते पग नहीं वजदी। सरदारी दस्तार दे नाल है, कल्लियां मुछां दे नाल नहीं। जिन्हां ने ते गाउण वाले वांगू मुछां रख लईआं उहनीं रख लईआं, जिहड़े नहीं रख सके उहनां ने मुछां दी फोटो लै के गड्डी दी डिग्गी ते लाती, मोटरसाइकल दी नंबर प्लेट ते लाती। ਉਹ ਐਡ ਕਰਦੇ ਫਿਰਦੇ ਨੇ, ਦੱਸਦੇ ਫਿਰਦੇ ਨੇ ਬਈ ਅਸੀਂ ਆਪਣੇ ਭਾਵੇਂ ਮੂੰਹ 'ਤੇ ਮੁੱਛ ਨਹੀਂ ਰੱਖ ਸਕੇ ਪਰ ਸਾਡੇ ਪਿਓ ਦਾਦੇ ਮੁੱਛਾਂ ਵਾਲੇ ਸੀ। ਇਹੀ ਕਹਿਣਾ ਪਊਗਾ ਨਾ ਫਿਰ ਜੀ, ਜੇ ਆਪਾਂ ਆਪਣੇ ਪਿਓ ਦਾਦੇ ਦੀ ਨਿਸ਼ਾਨੀ ਦੱਸ ਰਹੇ ਹਾਂ ਕਿ ਸਾਡੇ ਪਿਓ ਦਾਦੇ ਮੁੱਛਾਂ ਵਾਲੇ ਸੀ, ਅਸੀਂ ਨਹੀਂ ਰੱਖ ਸਕੇ। ਪੱਠਾ ਬਹਿ ਗਿਆ ਸਾਡਾ ਇੱਥੇ ਆਣ ਕੇ ਜਦੋਂ ਇਸ ਸੋਚ ਨੂੰ ਅਪਣਾਉਂਦੇ ਹਾਂ ਅਸੀਂ। ਕੀ ਮਿਲਿਆ ਬਾਈ ਸਾਨੂੰ? ਉਹਨਾਂ ਨੇ ਜਾਇਦਾਦਾਂ ਬਣਾ ਲਈਆਂ, ਆਪਾਂ ਨੂੰ ਕੀ ਮਿਲਿਆ? ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਸੱਚੇ ਪਾਤਸ਼ਾਹ ਨੇ ਸਾਨੂੰ ਖੰਡੇ ਬੱਟ ਦਾ ਅੰਮ੍ਰਿਤ ਦਿੱਤਾ, ਅਸੀਂ ਭੱਜਦੇ ਹਾਂ ਪਤਾ ਨਹੀਂ ਕਿਹੜਾ ਫਾਹਾ ਪੈ ਜਾਣਾ ਸਾਡੇ ਗਲ 'ਚ। ਬਾਬਾ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਂ ਵਾਲੇ, ਉਹਨਾਂ ਨੇ ਮੁੰਡੇ ਨੌਜਵਾਨ ਜਿਹੜੇ ਸਰਦਾਰ ਕਿਵੇਂ ਬਣਾਏ? ਮੈਂ ਪਹਿਲਾਂ ਆਪਣਿਆਂ ਦੀ ਗੱਲ ਕਰਾਂ ਵੀ ਅਸੀਂ ਕਿੱਦਾਂ ਭਜਾਏ ਹੈ। ਸਾਡੇ ਅੱਜ ਚੌੜੇ ਗਾਤਰਿਆਂ ਨੇ, ਸਾਡੀਆਂ ਜਥੇਦਾਰੀਆਂ ਨੇ, ਸਾਡੀਆਂ ਪ੍ਰਧਾਨਗੀਆਂ ਨੇ। ਕੋਈ ਮੁੰਡਾ ਨੌਜਵਾਨ ਮੋਨਾ ਮੁੰਡਾ ਗੁਰਦੁਆਰੇ ਆਉਂਦਾ ਨਾ, ਕਈ ਵਾਰੀ ਬੰਦੇ ਦੀ ਸੁਰਤ ਕਿਤੇ ਦੂਰ ਗਈ ਹੁੰਦੀ, ਬੰਦਾ ਜਾਣ ਬੁੱਝ ਕੇ ਗਲਤੀ ਨਹੀਂ ਕਰਦਾ। ਕਈ ਵਾਰੀ ਸੁਰਤ ਕਿਤੇ ਹੋਰ ਗਈ ਹੁੰਦੀ, ਸਿਰ 'ਤੇ ਰੁਮਾਲ ਰੱਖਣਾ ਭੁੱਲ ਜਾਂਦਾ। ਅਤੇ ਸਾਨੂੰ ਆਉਂਦਿਆਂ 'ਤੇ ਕਹਿਣਾ ਇਹ ਚਾਹੀਦਾ ਸੀ ਵੀ ਆਪਣੇ ਕੋਲੋਂ ਦਿੰਦੇ ਰੁਮਾਲ, ਅਤੇ ਆਪਾਂ ਕਹਿੰਦੇ ਵੀ ਛੋਟੇ ਵੀਰਾ ਸਿਰ 'ਤੇ ਰੁਮਾਲ ਬੰਨ ਲੈ ਤੇਰਾ ਸਿਰ ਨੰਗਾ। ਆਪਣੀ ਬੋਲੀ ਪਤਾ ਉੱਥੇ ਕਿਹੋ ਜਿਹੀ ਹੁੰਦੀ ਆ? ਬੁੱਢ ਬਲੇਦ ਹੋ ਗਿਆ, ਤੈਨੂੰ ਨਹੀਂ ਪਤਾ ਗੁਰਦੁਆਰੇ ਕਿੱਦਾਂ ਆਈਦਾ? ਨੰਗੇ ਸਿਰ ਮੂੰਹ ਚੱਕਿਆ, ਅਗਲਾ ਉੱਥੋਂ ਪਿੱਛੇ ਮੁੜ ਗਿਆ ਗਿਆਨੀ ਜੀ। ਉਹ ਕਹਿੰਦਾ ਮਸਤਾਂ ਦਾ ਡੇਰਾ ਚੰਗਾ, ਭਾਵੇਂ ਪੱਗ ਬੰਨ ਕੇ ਚਲੇ ਜਾਓ, ਭਾਵੇਂ ਨੰਗੇ ਸਿਰ ਚਲੇ ਜਾਓ, ਕੋਈ ਰੋਕਦਾ ਟੋਕਦਾ ਤਾਂ ਨਹੀਂ ਨਾ, ਕੋਈ ਰੋਕਦਾ ਟੋਕਦਾ ਤਾਂ ਨਹੀਂ ਨਾ। ਅਸੀਂ ਸਿੱਖ ਭਜਾਏ ਨੇ ਗੁਰਦੁਆਰਿਆਂ 'ਚ, ਅਸੀਂ ਬਣਾਏ ਨਹੀਂ। ਆਹ ਹੁਣ ਵੀਰ ਅੰਮ੍ਰਿਤਪਾਲ ਸਿੰਘ ਜੀ ਨੇ ਦੀਪ ਸਿੱਧੂ ਵਾਲੀ ਜਗ੍ਹਾ ਲਈ ਆ। ਗਿਆਨੀ ਜੀ ਮੈਂ ਬੇਨਤੀ ਕਰਦਾ ਹੁੰਦਾ ਕਿ ਅੱਜ ਉਹ ਨੌਜਵਾਨ ਮੁੰਡਾ ਸਾਹਮਣੇ ਆਇਆ ਅਤੇ ਲੱਤਾਂ ਖਿੱਚਣ ਵਾਲਿਆਂ ਨੇ ਉਹਦੀਆਂ ਪਹਿਲੀਆਂ ਫੋਟੋਆਂ ਜਿਹੜੀਆਂ ਮੋਨੇ ਹੁੰਦੇ ਦੀਆਂ ਕੱਢ ਕੇ ਇੰਟਰਨੈਟ 'ਤੇ ਪਾਤੀਆਂ, ਅਤੇ ਇੱਦਾਂ ਦਾ ਬੰਦਾ ਜੀ, ਅਤੇ ਸਰਕਾਰਾਂ ਨੇ ਘੱਲਿਆ ਜੀ, ਅਤੇ ਏਜੰਸੀਆਂ ਨੇ ਘੱਲਿਆ ਜੀ। ਕਿਉਂ ਬਾਈ? ਬੰਦਾ ਦਾੜੀ ਕੇਸ ਰੱਖ ਕੇ ਅੰਮ੍ਰਿਤ ਛੱਕ ਕੇ ਆਪਣਾ ਜੀਵਨ ਨਹੀਂ ਬਦਲੀ ਕਰ ਸਕਦਾ? ਜਿਹਦੇ ਉੱਤੇ ਗੁਰੂ ਦੀ ਨਜ਼ਰ ਹੁੰਦੀ ਉਹ ਬਦਲ ਜਾਂਦਾ, ਪਰ ਲੱਤਾਂ ਖਿੱਚਣ ਵਾਲਿਆਂ ਦਾ ਕੰਮ ਹੀ ਹੁੰਦਾ ਉਹ ਫੋਟੋਆਂ ਕੱਢ ਕੱਢ ਕੇ ਪਾਈ ਜਾਂਦੇ, ਜਿੱਦਾਂ ਦੀਪ ਸਿੱਧੂ ਦੀਆਂ ਪਾਈ ਜਾਂਦੇ ਸੀ, ਇਹ ਜੀ ਮੋਦੀ ਦਾ ਆੜੀ ਆ ਜੀ, ਆਹ ਮੋਦੀ ਨਾਲ ਫੋਟੋ ਜੀ, ਆਹ ਅੰਮ੍ਰਿਤ ਸ਼ਾਹ ਦੇ ਨਾਲ ਫੋਟੋ ਆ। ਅੱਜ ਦੱਸੋ ਕਿਹਦਾ ਦੀਪ ਸਿੱਧੂ, ਕਿਹਦਾ ਬੰਦਾ? ਬੜਾ ਪ੍ਰਚਾਰ ਕਰਿਆ ਸੀ ਉਦੋਂ ਵੀ, ਬੜਾ ਸਮਝਾਇਆ, ਉਹ ਬੰਦਾ ਬਦਲ ਸਕਦਾ। ਉਹ ਉਹਨਾਂ ਦੇ ਘਰ ਜਾ ਕੇ ਸਾਰਾ ਕੁਝ ਵੇਖ ਕੇ ਆਇਆ ਸੀ ਕਿ ਇਹਨਾਂ ਦੀ ਸੋਚ ਸਿੱਖਾਂ ਪ੍ਰਤੀ ਕੀ ਹੈ, ਅਤੇ ਇਹੀ ਦੱਸਣ ਲੱਗਾ ਸੀ ਉਹ ਲੋਕਾਂ ਨੂੰ ਦੀਪ ਸਿੱਧੂ ਬਈ ਇਹ ਤੁਹਾਡੀਆਂ ਫਸਲਾਂ ਨਹੀਂ, ਤੁਸੀਂ ਫਸਲਾਂ ਵਾਸਤੇ ਜ਼ਮੀਨਾਂ ਵਾਸਤੇ ਬੈਠੇ ਹੋ, ਇਹ ਤਾਂ ਤੁਹਾਡੀਆਂ ਨਸਲਾਂ ਤਬਾਹ ਕਰਨ ਨੂੰ ਬੈਠੇ ਨੇ। ਤਾਂ ਹੀ ਤਾਂ ਅਗਲਿਆਂ ਨੇ ਰਾਹ ਦਾ ਰੋੜਾ ਪਾਸੇ ਕਰਤਾ। ਅੱਜ ਵੀਰ ਅੰਮ੍ਰਿਤਪਾਲ ਸਿੰਘ ਆਇਆ, ਫਿਰ ਫੋਟੋਆਂ ਆ ਗਈਆਂ ਮੋਨੀਆਂ। ਮੈਂ ਆਹ ਨਾ ਹੁੰਦਾ ਜੇ ਕਿਤੇ ਜਿੱਦਣ ਕਲਗੀਆਂ ਵਾਲੇ ਪਾਤਸ਼ਾਹ ਨੇ ਅੰਮ੍ਰਿਤ ਛਕਾਇਆ ਨਾ, ਜੇ ਕਿਤੇ ਉਦਣ ਆਹ ਲੱਤਾਂ ਖਿੱਚਣ ਵਾਲੇ ਉਦਣ ਕੋਲ ਹੁੰਦੇ ਤਾਂ ਕਦੇ ਦਇਆ ਰਾਮ ਦੇ ਮੂੰਹ ਨੂੰ ਬਾਟਾ ਨਾ ਲਾਉਣ ਦਿੰਦੇ। ਅਤੇ ਖੱਤਰੀਆਂ ਦਾ ਮੁੰਡਾ ਜੀ, ਇਹਨੂੰ ਕਿਉਂ ਅੰਮ੍ਰਿਤ ਦੇਣ ਲੱਗੇ ਹੋ? ਸੋਚ ਵੇਖਿਆ ਕਰੋ। ਉਹ ਹੁਣ 25 ਤਰੀਕ ਨੂੰ ਅੰਮ੍ਰਿਤ ਛਕਣ ਲੱਗਾ ਕਿ ਜੀਵਨ ਨਹੀਂ ਬਦਲ ਸਕਦਾ ਬੰਦੇ ਦਾ? ਬਾਬਾ ਜਰਨੈਲ ਸਿੰਘ ਜੀ ਨੇ ਜੀਵਨ ਨਹੀਂ ਬਦਲੇ? ਨੌਜਵਾਨ ਮੁੰਡੇ ਮੋਹਰੇ ਬੈਠੇ ਆ, ਜਦੋਂ ਉੱਠ ਕੇ ਮਿਲਦੇ ਜਾਣ ਲੱਗਿਆ ਨੂੰ ਬਾਬਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ, ਅਤੇ ਬਾਬਾ ਜਰਨੈਲ ਸਿੰਘ ਦੀਆਂ ਬਾਹਾਂ ਲੰਮੀਆਂ ਸਨ, ਦੋ ਕਿੱਧਰ ਕਲਾਵੇ 'ਚ ਲਏ, ਦੋ ਕਿੱਧਰ ਲਏ, ਨਾਲ ਹੀ ਲੈ ਕੇ ਤੁਰ ਪੈਂਦੇ ਆ, ਅਤੇ ਜਾਂਦੇ ਜਾਂਦੇ ਗੱਲਾਂ ਕਰਦੇ, ਕਹਿੰਦੇ ਬੜਾ ਸਰੀਰ ਸਾਂਭਿਆ, ਬੜੇ ਡੀਲ ਡੌਲੇ ਬਣਾਏ ਨੇ, ਕਿੰਨਾ ਕੁ ਭਾਰ ਚੱਕ ਲੈਣਾ? ਕੋਈ ਕਹਿੰਦਾ ਜੀ ਕੁਆਂਟਲ ਚੱਕ ਲੈਣਾ, ਕੋਈ ਕਹਿੰਦਾ ਸਵਾ ਕੁਆਂਟਲ ਚੱਕ ਲੈਣਾ, ਅਤੇ ਬਾਬਾ ਜਰਨੈਲ ਸਿੰਘ ਜੀ ਕਹਿੰਦੇ ਫਿਰ ਜੂੜੇ ਦਾ ਭਾਰ ਕਿੰਨਾ ਕੁ ਹੋਊ? ਵਾਹ ਵਾਹ, ਜੇ ਹੱਥੀ ਇੰਨਾ ਚੱਕ ਲੈਣਾ ਫਿਰ ਇਹ ਕੇਸਾਂ ਦਾ ਭਾਰ ਕਿੰਨਾ ਕੁ ਹੋਊ? ਸੱਚ ਜਾਣਿਓ, ਦੂਜੇ ਦਿਨ ਉਹੀ ਨੌਜਵਾਨ ਸਿਰ 'ਤੇ ਦਸਤਾਰ ਸਜਾ ਕੇ ਦਾੜੀ ਕੇਸ ਨਾ ਕੱਟਣ ਦਾ ਪ੍ਰਣ ਲੈ ਕੇ ਬਾਬਾ ਜਰਨੈਲ ਸਿੰਘ ਜੀ ਦੇ ਕੋਲ ਆ ਜਾਂਦਾ ਸੀ। ਸਤਿ ਸ਼੍ਰੀ ਅਕਾਲ।
ਉਹ ਦੂਜੇ ਦਿਨ ਦਾੜੀ ਕਿਸ ਨਾ ਕੱਟਣ ਦਾ ਪ੍ਰਣ ਲੈ ਕੇ ਬਾਬਾ ਜਰਨੈਲ ਸਿੰਘ ਜੀ ਦੇ ਕੋਲ ਆ ਜਾਂਦਾ ਸੀ। ਫਿਰ ਉਹਨਾਂ ਨੂੰ ਅੰਮ੍ਰਿਤ ਛਕਾਇਆ ਜਾਂਦਾ ਸੀ ਕਿ ਉਹਨਾਂ ਨੇ ਜਾਨਾਂ ਨਹੀਂ ਵਾਰੀਆਂ। ਭਾਈ ਸੁੱਖਾ ਤੇ ਜਿੰਦਾ ਜਿਨ੍ਹਾਂ ਨੇ ਜਰਨਲ ਵੈਦਿਆ ਰੇੜਿਆ ਉਹ ਵੀ ਤਾਂ ਪਹਿਲਾਂ ਮੋਨੇ ਸੀ, ਦੇਖ ਲਓ ਫੋਟੋਆਂ ਉਹਨਾਂ ਦੀਆਂ ਵੀ। ਜਿੱਦਣ ਜਜ਼ਬਾ ਜਜ਼ਬਾ ਜਿਹੜਾ ਦੁਕਾਨਾਂ ਤੋਂ ਨਹੀਂ ਮਿਲਦਾ, ਜਜ਼ਬਾ ਪੈਸਿਆਂ ਨਾਲ ਨਹੀਂ ਮਿਲਦਾ, ਜਜ਼ਬਾ ਇੱਥੋਂ ਪੈਦਾ ਹੁੰਦਾ। ਜਦੋਂ ਇੱਥੋਂ ਪੈਦਾ ਹੋ ਗਈ ਨਾ ਸਿੱਖੀ, ਉਦਣ ਫਿਰ ਪਿਛਲਾ ਕੁਝ ਨਹੀਂ ਯਾਦ ਰਹਿੰਦਾ। ਗੱਲ ਜਜ਼ਬੇ ਦੀ ਹੈ, ਜਜ਼ਬੇ ਦੀਆਂ ਬਾਤਾਂ ਨੇ ਅਤੇ ਜਜ਼ਬੇ ਵਿੱਚ ਹੀ ਸਾਰਾ ਕੁਝ ਹੈ। ਕੀ ਭਾਈ ਸੁੱਖਾ ਜਿੰਦਾ ਉਹ ਵੀ ਤਾਂ ਪਹਿਲਾਂ ਕੇਸ ਕੱਟੇ ਹੋਏ ਸਨ ਉਹਨਾਂ ਦੇ ਵੀ, ਪਰ ਉਹਨਾਂ ਨੇ ਟੱਠੇ ਅਕਾਲ ਤਖਤ ਦਾ ਬਦਲਾ ਪੂਨੇ ਦੀ ਧਰਤੀ 'ਤੇ ਜਾ ਕੇ ਲਿਆ ਸੀ। ਪੂਨੇ ਦੀ ਧਰਤੀ 'ਤੇ ਢਾਈ ਮਹੀਨੇ ਢਿੱਡ ਦੇ ਪਾਰ ਸੌਂ ਸੌਂ ਕੇ ਰਾਤਾਂ ਗੁਜ਼ਾਰੀਆਂ ਜੇਲ੍ਹ ਵਿੱਚ। ਕਿਤੇ ਫਿਰ ਸਮਾਂ ਬਣਿਆ, ਮੈਂ ਢਾਈ ਘੰਟੇ ਦਾ ਪ੍ਰਸੰਗ ਤੁਹਾਡੇ ਨਾਲ ਸਾਂਝਾ ਕਰਾਂਗਾ। ਉਹਨਾਂ ਦੇ ਬਸਤਰ ਜਿਹੜੇ ਅੱਜ ਵੀ ਮਾਪਿਆਂ ਕੋਲ ਸਾਂਭੇ ਪਏ, ਅੱਜ ਮਾਪੇ ਤਾਂ ਦੋਨਾਂ ਦੇ ਚੜ੍ਹਾਈ ਕਰ ਗਏ, ਅੱਜ ਵੀ ਪਰਿਵਾਰ ਵਿੱਚ ਸਾਂਭੇ ਪਏ ਹੋਏ ਨੇ। ਢਿੱਡ ਦੇ ਉੱਤੋਂ ਘਸੀਆਂ ਫਟੀਆਂ ਬਨੈਣਾ, ਫਟੇ ਹੋਏ ਕਛਹਿਰੇ, ਬਾਹਾਂ ਪਿੱਛੇ ਨੂੰ ਬੰਨ੍ਹੀ ਰੱਖੀਆਂ ਢਾਈ ਮਹੀਨੇ। ਕੋਈ ਬੰਦਾ ਮੈਨੂੰ ਢਾਈ ਮਹੀਨੇ ਬਾਹਾਂ ਪਿੱਛੇ ਨੂੰ ਬੰਨ੍ਹ ਕੇ ਸੌਂ ਕੇ ਵਿਖਾਲੇ, ਢਿੱਡ ਦੇ ਭਾਰ ਸੌਂ ਸੌਂ ਕੇ ਰਾਤਾਂ ਬਤੀਤ ਕੀਤੀਆਂ। ਕਿਹਦੀ ਖਾਤਰ? ਪੰਥ ਦੀ ਖਾਤਰ, ਕੌਮ ਦੀ ਖਾਤਰ। ਅਤੇ ਅੱਜ ਜੇ ਕੋਈ ਅੱਜ ਮੇਰੇ ਵਰਗਾ ਉੱਠ ਕੇ ਫੋਟੋ ਵਾਇਰਲ ਕਰ ਦੇਵੇ, ਜੀ ਇੱਥੇ ਮੋਨੇ ਸੀ, ਇਹਨਾਂ ਦਾ ਸਿੱਖੀ ਨਾ ਕੋਈ ਵਾਹ ਵਾਸਤਾ ਨਹੀਂ। ਫਿਰ ਬੰਦੇ ਦਾ ਜੀਵਨ ਬਦਲ ਸਕਦਾ, ਅਤੇ ਆਪਣੇ ਜੀਵਨ ਨੂੰ ਬਦਲੋ, ਆਪਣੇ ਹੱਕਾਂ ਦੀ ਖਾਤਰ ਖੜੋ। ਇਹ ਨਾ ਵੇਖੋ ਕਿ ਸਾਢੇ ਛਿਆਂ ਪਿੰਡਾਂ ਵਾਲੀ ਲੜਕੀ ਲੱਜ ਪਈ ਆ, ਸਾਢੇ ਛਿਆਂ ਪਿੰਡਾਂ ਵਾਲਾ ਮੁੰਡਾ ਲੱਜ ਪਿਆ, ਕਰਾਓ ਜੀ ਪੇਪਰ ਮੈਰਿਜ, ਕਰਾ ਲਓ ਆਨੰਦ ਕਾਰਜ, ਚਲੇ ਜਾਓ ਬਾਹਰ ਨੂੰ, ਇੱਥੇ ਕੌਣ ਆਊਗਾ? ਫਿਰ ਜਿੰਨਾ ਜਲੂਸ ਅੱਜ ਸਿੱਖ ਕੌਮ ਦਾ ਇੰਟਰਨੈਟ ਦੇ ਉੱਤੇ ਨਿਕਲਿਆ ਪਿਆ ਨਾ, ਉਹਨਾਂ ਕਿਸੇ ਹੋਰ ਕੌਮ ਦਾ ਨਹੀਂ, ਇਹ ਯਾਦ ਰੱਖਿਓ। ਆਲੇ ਦੁਆਲੇ ਪਿੰਡਾਂ ਦੀਆਂ ਕਮੇਟੀਆਂ, ਮੈਂ ਕਮੇਟੀਆਂ ਦੇ ਸੱਜਣ ਬੈਠੇ ਹੋਣਗੇ, ਮੈਂ ਬੇਨਤੀ ਕਰਨ ਲੱਗਾ, ਜਿੱਦਣ ਕਿਸੇ ਧੀ ਪੁੱਤ ਦਾ ਵਿਆਹ ਹੁੰਦਾ ਪਹਿਲਾਂ ਪੁੱਛਿਆ ਕਰੋ ਬਈ ਇਹ ਵਿਆਹ ਮੁੱਲ ਦਾ ਤਾਂ ਨਹੀਂ, ਬਾਹਰ ਲਗਾਉਣ ਦੀ ਖਾਤਰ ਸਾਢੇ ਛਿਆਂ ਪਿੰਡਾਂ ਵਾਲਾ ਵਿਆਹ ਤਾਂ ਨਹੀਂ, ਜੇ ਤਾਂ ਕਰਨ ਲੱਗੇ ਉਹ ਪੱਕਾ ਵਿਆਹ, ਫਿਰ ਸੱਤੀ ਹੱਥੀਂ ਆਓ, ਅਸੀਂ ਆਨੰਦ ਕਾਰਜ ਕਰਨ ਨੂੰ ਤਿਆਰ ਹਾਂ। ਤਾਂ ਜੇ ਬਾਹਰ ਜਾ ਕੇ ਤੂੰ ਕੌਣ ਅਤੇ ਮੈਂ ਕੌਣ, ਤੂੰ ਆਪਣੇ ਘਰੇ ਰਾਜੀ, ਮੈਂ ਆਪਣੇ ਘਰੇ ਰਾਜੀ, ਅਤੇ ਫਿਰ ਐਸੇ ਆਨੰਦ ਕਾਰਜ ਵੇਲੇ ਹੱਥ ਜੋੜਦਿਆ ਕਰੋ ਭਾਈ, ਜਿੱਥੇ ਜਾ ਕੇ ਮਰਜ਼ੀ ਕਰਾ ਲਾ। ਦੁੱਖ ਲੱਗਦਾ ਉਦੋਂ ਸਾਨੂੰ, ਕਦੋਂ? ਰੁਪਈਏ ਤੁਹਾਡੇ, ਜਿੱਥੇ ਮਰਜ਼ੀ ਸੁੱਟੋ, ਕੋਈ 30 ਮੰਗਦਾ 30 ਦਿਓ, ਕੋਈ 25 ਮੰਗਦਾ 25 ਦਿਓ, ਕੋਈ 50 ਮੰਗਦਾ 50 ਦਿਓ। ਪਰ ਜਦੋਂ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਸਾਹਮਣੇ ਆਣ ਕੇ ਆਨੰਦ ਕਾਰਜ ਹੁੰਦਾ, ਪੱਲੇ ਦੀ ਰਸਮ ਹੁੰਦੀ ਹੈ, ਸ਼ਬਦ ਲੜੀਂਦੇ ਪੜ੍ਹੇ ਜਾਂਦੇ ਆ, ਦੇਗ ਨੂੰ ਭੋਗ ਵੀ ਲੱਗਦਾ, ਅਤੇ ਇੱਕ ਅਰਦਾਸ ਉਹਦੇ ਵਿੱਚ ਹੁੰਦੀ ਹੈ ਗੁਪਤ, ਜਿਹਦੇ ਵਿੱਚ ਬੱਚਾ ਬੱਚੀ ਅਤੇ ਬੱਚੇ ਬੱਚੀ ਦੇ ਮਾਂ ਬਾਪ ਖੜਾਉਂਦੇ ਨੇ, ਉਹ ਗੁਪਤ ਅਰਦਾਸ ਹੈ। ਕਦੇ ਪੁੱਛਿਆ ਕਰੋ ਗ੍ਰੰਥੀ ਨੂੰ ਵੀ ਇਹ ਗੁਪਤ ਅਰਦਾਸ ਕਿਉਂ ਹੈ, ਇਹਦੇ 'ਚ ਕੀ ਪੜ੍ਹਿਆ ਜਾਂਦਾ, ਫਿਰ ਪਤਾ ਲੱਗੂਗਾ ਵੀ ਇਹ ਗੁਪਤ ਅਰਦਾਸ ਕਾਹਦੀ ਹੈ, ਕਿਉਂ ਕੀਤੀ ਜਾਂਦੀ ਹੈ। ਉਹ ਅਰਦਾਸ ਵੀ ਹੁੰਦੀ ਹੈ, ਭਾਈ ਸਾਹਿਬ ਤਾਬਿਆਂ 'ਚ ਬੈਠ ਕੇ ਲਾਵਾਂ ਪੜ੍ਹਦੇ ਨੇ, ਫਿਰ ਪਰਿਕਰਮਾ ਵੀ ਹੁੰਦੀਆਂ, ਪਰਿਕਰਮਾ ਕਿ ਆਪਣਾ ਆਪ ਸਮਰਪਿਤ ਕਰ ਦੇਣਾ, ਰਮਾਲਾ ਸਾਹਿਬ ਵੀ ਭੇਟ ਹੁੰਦਾ। ਤਾਂ ਸਿੱਖ ਫਿਰ ਪਤਾ ਨਹੀਂ ਕਿਹੜੇ ਮੂੰਹ ਨਾਲ ਕਹਿ ਦਿੰਦਾ ਸੀ ਤਾਂ ਜੀ ਝੂਠਾ ਮੂਠਾ ਵਿਆਹ ਕੀਤਾ ਸੀ ਬਾਹਰ ਜਾਣ ਵਾਸਤੇ, ਇਹ ਹੱਕ ਤੁਹਾਨੂੰ ਕਿਹਨੇ ਦਿੱਤਾ ਬਾਈ ਕਿ ਆਪਾਂ ਗੁਰੂ ਨਾਲ ਧੋਖਾ ਕਰੀਏ? ਫਿਰ ਲੋਕ ਰੋਂਦੇ ਨੇ ਬਈ 30 ਲੱਖ ਰੁਪਈਆ ਫੀਸਾਂ ਭਰੀਆਂ ਕੁੜੀ ਦੀਆਂ, ਕੁੜੀ ਨੇ ਬਾਹਰ ਜਾ ਕੇ ਫੋਨ ਹੀ ਨਹੀਂ ਕੀਤਾ, ਫਿਰ ਪਿੱਛੇ ਮੁੰਡੇ ਜ਼ਹਿਰ ਖਾ ਕੇ ਮਰਦੇ ਨੇ, ਸੋਸ਼ਲ ਮੀਡੀਆ 'ਤੇ ਖਬਰਾਂ ਘੁੰਮਦੀਆਂ। ਉੱਥੇ ਫਿਰ ਧੋਖਾ ਕੁੜੀ ਦਾ ਨਹੀਂ ਬਈ, ਉੱਥੇ ਤੁਸੀਂ ਫਿਰ ਰੱਬ ਦੇ ਧੱਕੇ ਜਾਂਦੇ ਹੋ, ਕਿਉਂਕਿ ਜਿਹਦੇ ਮੂਹਰੇ ਬੈਠ ਕੇ ਸਾਰਾ ਕੁਝ ਕੀਤਾ ਤੁਸੀਂ ਉਹਨੂੰ ਪਹਿਲਾਂ ਧੋਖਾ ਦਿੱਤਾ ਵੱਡਿਆਂ ਨੇ, ਅਤੇ ਤੁਹਾਡੇ ਬੱਚਿਆਂ ਦੇ ਵਿੱਚ ਦੀ ਨਿਕਲਿਆ ਸਾਰਾ ਕੁਝ। ਸਾਡੀ ਦੌੜ ਇੱਥੋਂ ਤੱਕ ਹੀ ਆ, ਜੇ ਸਾਡੇ ਬੱਚੇ ਇੰਨੀ ਪੜ੍ਹਾਈ ਕਰਕੇ, ਸਾਡੇ ਛਿਆਂ ਬੈਂਡਾਂ ਤੱਕ ਪੜ੍ਹਾਈ ਕਰਕੇ ਬਾਹਰ ਚਲੇ ਜਾਣਗੇ, ਫਿਰ ਕੌਣ ਬਣੂਗਾ ਡੀਸੀ, ਕੌਣ ਬਣੂਗਾ DIG? ਫਿਰ ਤਾਂ ਯੂਪੀ ਬਿਹਾਰ ਦੇ ਆਣ ਕੇ ਲੱਗਣਗੇ, ਅਤੇ ਜਿਹੜੇ ਯੂਪੀ ਬਿਹਾਰ ਦੇ ਆਣ ਕੇ ਲੱਗਣਗੇ ਉਹਨਾਂ ਨੇ ਟੋਪੀਆਂ ਪਾਈਆਂ ਹੋਈਆਂ, ਅਤੇ ਟੋਪੀਆਂ ਵਾਲੇ ਤੁਹਾਨੂੰ ਪੱਗਾਂ ਵਾਲਿਆਂ ਨੂੰ ਕਿੱਥੋਂ ਬਰਦਾਸ਼ਤ ਕਰ ਲੈਣਗੇ ਬਈ, ਕਿੱਥੋਂ ਬਰਦਾਸ਼ਤ ਕਰ ਲੈਣਗੇ? ਤੁਸੀਂ ਜਾ ਕੇ ਮੱਥਾ ਮਾਰੀ ਜਾਓ ਟੇਬਲਾਂ ਦੇ ਉੱਤੇ, ਸਾਡੇ ਆਹ ਕਾਗਜ਼ ਸਵਾਰ ਦਿਓ, ਸਾਡੇ ਆਹ ਕਾਗਜ਼ ਸਵਾਰ ਦਿਓ, ਕੌਣ ਸੁਣੂਗਾ ਤੁਹਾਡੀ? ਕਿਉਂਕਿ ਸਿੱਖ ਦੀ ਗੱਲ ਸਿੱਖ ਹੀ ਸੁਣ ਸਕਦਾ, ਸਿੱਖ ਦੇ ਜਜ਼ਬਾਤਾਂ ਨੂੰ ਸਿੱਖ ਹੀ ਸਮਝ ਸਕਦਾ। ਹਿਮਾਚਲ ਵਾਲੇ ਪਾਸੇ ਨੂੰ ਚਲ ਜਾਓ, ਤੁਹਾਡੇ ਮੋਟਰਸਾਈਕਲਾਂ ਦੇ ਉੱਤੇ ਕੇਸਰੀ ਝੰਡੀਆਂ ਲੱਗੀਆਂ, ਝੰਡੇ ਲੱਗੇ ਨੇ, ਲਾਉਂਦੇ ਕਿ ਨਹੀਂ ਲਾਉਂਦੇ? ਅਗਲੇ ਬਾਬਾ ਜਰਨੈਲ ਸਿੰਘ ਦੀਆਂ ਫੋਟੋਆਂ ਲੱਗੀਆਂ, ਲਾਉਂਦੇ ਕਿ ਨਹੀਂ ਲਾਉਂਦੇ?
फिर भावे आप कट्ठ करके चले जाने हैं, एक बार तो अगले रोक के लाने हैं ना, क्यों लाने ने? फिर असी कहने जी साड़ी घट गिणती है, घट गिणती की कहने हैं साढ़े छे मिंटा ने, घट गिणती की है सानू विदेश जाने दे, जेड़े सानू लगे हुए ने लट लगी हुई विदेश जाने की। बाबा जरनैल सिंह जी खालसा पिंडर वाले वो कहते असी सिख हाँ, यही मेरा दावा कि संविधान की धारा 25B दे विच मैनू केसा धारी हिंदू लिखा होया, इत्थे सिख लिखो, इत्थे सिख लिखो, सिख एक बखरी कौम है, क्योंकि परमात्मा दे घरों आपां सारे सिख आए हैं। कोई हिंदू भैन भरा बैठा दस सकदा कि जिदन परमात्मा दे घरों साढ़े घर च बच्चा पैदा हुंदा किहदे मुन्नण कीते हुंदे आ? उत्थों तां सारे सिख पैदा हुंदे आ। कोई मुसलमान भैन भाई बैठा दसे खां कि जिदन बच्चा पैदा हुंदा ते पैदा हुंदे बच्चे की कितने सुन्नत होई हुंदी आ? इस दुनिया में आण के उहदी सुन्नत हुंदी आ ते उहदा धर्म बणदा मुसलमान। इस दुनिया में आण के जनेऊ पाया जाता, मुन्नण किए जाते हैं, ता जाके उहदा धर्म बणदा हिंदू। तो हिंदू दियां नौ निशानियां ने, धोती, सोटी, तिलक, जंजू, बोधी, नौ निशानियां। जी नौ निशानियों में एक भी निशानी घट है, वह कट्ट हिंदू नहीं। मुसलमान पंज नवाजी है, जिहड़ा पंज नवाजा नहीं गुजारदा वह अपने धर्म में पक्का मुसलमान नहीं। तो सिख पंजा बाणियों का नितनेमी है, जिहड़ा पंजा बाणियों का नितनेमी कर नहीं करता वह सिख भी अपने धर्म में पक्का नहीं, चाहे वह मैं हाँ चाहे तुसी हो, वह सिख भी सिख पक्का नहीं। बाबा जरनैल सिंह जी कहिंदे उन्होंने कलगियां वाले पातशाह अपने पिता के समा पिता समझा, पिता कितने बापू जोगिंदर सिंह का नाँ नहीं वरत्या उन्होंने कागजा तो अलावा। जो कि स्पीचा दतिया उन्होंने यही कहा कि मैनू गुरु गोबिंद सिंह महाराज का पुत ना आख्यो, जे ऐ ना कर दें। पर लगियां कि नहीं शेर दिया फोटो फलैक्सा के उत्ते, तुहाडियां ते साडियां फोटो नहीं लगनियां कभी, यह गल याद रखियो। जिथों मर्जी तुर पो वह योध्यां दियां फोटो लगियां जिहड़े जेलां च बंद बैठे है। भाई जगतार सिंह हवारे वर्गे 30-32 साल हो गए जिन्होंने जेल में बैठे हैं, 24 घंटे 17 घंटे का नितनेम है। किन्ने क मुंडे ने जिन्होंने भाई जगतार सिंह हवारे दियां अपने बाहों के उत्ते फोटो खड़वाइया, बई वो कौम का योधा कि वो घर के इन्नी पैली है कि उन्होंने अपनी पैली का आनंद नहीं सी लैना आता। सोच की गल है, जेड़े अज तुसी इत्थे बैठे हो ना, 1990 तो लैके 92 तक 2.5 साल पंजाब दे सिवे ठंडे नहीं सी होए, पंजाब दे सिवे ठंडे नहीं सी होए। लगातार पंजाब दे विच सिव्यां ने लाटां छड्डियां, किसी मां दे पुत दे मूँह दे उत्ते दाढ़ी उतर दी, सिर ते दस्तार बजी है, पढ़न जांदा पुलिस वाले ने चुक लिया, पढ़ के आउंदा चुक लिया, किसी नहर ते लिजा के मुकाबला बना दिता, मौत दे घाट उतार दिता। शहीद भाई जसवंत सिंह खालड़ा ने 25,000 लाशां का खरड़ा तैयार किया, आ दसो आ लाशा कित्थे खपाइया, 30 साल हो गए मामा कागज़ लैके सरकारी दफ्तर में थब्बे लै लै के घूमदियाँ, वह सानू दस तो दौ साडे पुत है कित्थे ने। मैं एक दिन छोकरा पिंड में प्रोग्राम कर गया, कनेडा तो परिवार आया सी, 30 साल बाद माँ ने अपने पुत का भोग पाया, 30 साल बाद एक बार कह दो सतनाम श्री वाहगुरु, 30 साल बाद उस माँ को अपने पुत दे नाल प्यार नहीं सी। मैं नौजवान वीरां नूं बेनती करा कितने ऐसे इतिहास में भी सर्चा मारिया करो, मनिया कि मूसे वाले ने गीत गाया उहदे विच बलविंदर जटाणे की गल की कि नहीं की, उदन तुसीं सर्चा मारियां वी बलविंदर जटाणा कौन सी, कौन सी, गूगल दे उत्ते सब तो वध उधर सर्चा वधियां। इहदा मतलब आपां पहलां भुल चुके सी, सानू पता ही नहीं सी, सानू इन्हां चीज़ां का पता ही नहीं सी। 2 साल लगातार अग्गां बलिया, ते जिहड़ा काम इन्हां अग्गां नूं बुझाउण वास्ते भाई जगतार सिंह वारा, बलवंत सिंह राजोवाणा, भाई जगतार सिंह तारा ते शहीद भाई दिलावर सिंह होणां ने कीता ना, जे वह ये काम ना करदे ते तुहाडे विचों भी कई इत्थे होर ना बैठे हुंदे, पता नहीं सी अगला दिन किहदा आउणा सी झूठे पुलिस मुकाबले दा, पता नहीं किहनूं लिजा के गोलियां नाल उड़ा देना सी। पंजाब दा मुख्यमंत्री बेअंत सिंह, गल दो पक्खां दी आ जी, राजनीति तौर दे उत्ते मेरा किसे नाल कोई लैणा देणा नहीं। मैं एक बेनती होर करां तुहाडे नाल,
जे गल आप करांगे पांचवें पातशाह दी शहीदी दी ते चंदू दा नां नाल आवेगा आवेगा वाह वाह जे गल करांगे छोटे साहिबजादियां दी ते गंगू दा नां नाल आवेगा आवेगा ते जे गल करांगे कलगियां वाले पातशाह दी ते औरंगजेब दा नां नाल आवेगा ते जे आपां बाबा जरनैल सिंह दी गल करांगे ते इंदिरा गांधी दा नां नाल आवेगा ते जे आपां शहीद भाई दिलावर सिंह दी शहीदी गाउणी होवे ना ते फिर बेअंत सिंह दा नां ते नाल आवेगा आवेगा ना जी क्योंकि दो पक्ष ने इतिहास दे जे आपां राजनीति दी गल करिए ना ते अपने वड्डे वडेरियां ने मौरां च डांगा खा के अकाली दल खड़ा कीता सिर मार क्यों घरा परो क्यों जी इवें ही है अकाली दल खड़ा कीता ये सच्ची बात है पर अज की हालात ने साडे अकाली दल दे क्योंकि इहदी डांग दी आवाज़ नहीं आउंदी उहनां नूं पुछ के वेखो जिन्हां ने वज्जी है जे हुण असीं कितें सानूं तुसीं समझो असीं दूजी पार्टी दे आं पंजे वालियां दे तां सानूं ते अकाल तख्त साहिब ढिठिया नज़र आउंदा जे झाड़ू वल नूं वेखदे तां हत्थ च फड़ी श्री साहिब नज़र आउंदी है ते जे असीं अकालियां वल नूं जांदे आं ते इह बजुर्ग बैठे ने मैं हुण गल सच्ची कहिण लगा तुहाडी जवानी दी ते अपने बचपन दी जिन्नी देर तक श्रोमणी अकाली दल दीआं स्टेजां दे उत्ते ढाडी गजदे रहे कवीशर गजदे रहे इन्हां दी हवा वल नूं किसे ने नहीं देखिया बापू सोहण सिंह सीतल वर्गे ढाडी दया सिंह दिलवर वर्गे ढाडी पाखरपुरी साहब वर्गे ढाडी पाल सिंह पंछी वर्गे ढाडी जिन्नी देर तक श्रोमणी अकाली दल दीआं स्टेजां दे उत्ते ढाडी गजदे रहे कवीशर गजदे रहे इन्हां दी हवा वल नूं किसे ने नहीं देखिया जिद्दण दे इन्हां ने कबड्डी दे मैचां विच लियाण के बंबियों एक्टरनियां नचाउणियां शुरू कर दित्तियां ना आपणा कुछ रखिया ते ना साडा कुछ रहण दित्ता वाह वाह ना आपणा कुछ रखिया ते ना साडा कुछ रहण दित्ता फिर कहिंदे जी पंथ है फिर कहिंदे पंथ है भाई जगतार सिंह वारे उन्हें जिहड़ा कार्ज कीता पंजाब दे सिवे ठंडे हुए मैं बार कहन लगा भाई दिलावर सिंह दी दत्ता परिवार दे कोलों एक कार खरीदी गई है दिल्लियों पटियाले लियाण के उहदी डेंटिंग पेंटिंग होई हूबहू कार उदां दी तैयार करदे जिदां दी कार विच पंजाब दा मुख्यमंत्री बह के जांदा है हूबहू कार उदां दी तैयार हो गई तीन कारां इक्को जिहियां ते मौके दी मौके डिसीजन लिया जांदा सी कि किहड़ी कार विच बैठ के मुख्यमंत्री ने जाणा आर डी एक्स मंगा के एक बिल्ट बंब तैयार कीता ते भाई दिलावर सिंह कहिंदा ये सेवा मैं करनी है बलवंत सिंह राजोआणा कहिंदा सेवा मैं करनी है भाई जगतार सिंह वारा आखण लगा परचियां पाओ परची निकली शहीद भाई दिलावर सिंह दे नां दी उहनूं चा चढ़ गया ये बिल्ट कोई एवें दी नहीं ये बिल्ट जिहने अपने लक नाल बन्ननी है नाल दी नाल ही अपने आप नूं मौत दे हवाले करना ते इहनूं कहिंदे मौत नूं गल नाल लाउणा ते मौत हत्थां ते नचाउणी भाई दिलावर सिंह ने अपने लक दे नाल बिल्ट बन्नी ठीक ते अपनी अंतम अरदास आप कीती है बाबा दीप सिंह जी ने भी अपनी अंतम अरदास आप कीती सी जदों अपनी अंतम अरदास करके आखिरी वार करके समाप्ति करन लगा जी जदों अंतम अरदास करके तुरन लगा ना जकारा छड के भाइयां नूं मिल के ते जगतार सिंह वारे होणा हथ फड़ लिया कहिंदे दिलावर सिंह संभल के जाई जे समा हथों लंघ गया फिर वेख ला अपने नाल की बनना वाह वाह ते जांदा जांदा भाई दिलावर सिंह पता की कहिंदा कहिंदा जगतार सिंह जी तुसीं टीवी जां रेडियो ऑन करके बह जाओ तुहानू सवा पंज वजे वालियां खबरां दस देणगियां कि इह समां लंघिया कि नहीं लंघिया जे लंघिया ते किदां लंघिया जे नहीं लंघिया ते क्यों नहीं लंघिया इन्नी गल कह के सूरमा छड के जकारा कार च सवार होके आ पहुंच गया मुख्यमंत्री दे दफ्तर दे अगे दूजे नंबर दे उत्ते कार लगी है भाई दिलावर सिंह दी दूजे नंबर दे उत्ते मुख्यमंत्री अपने दफ्तर तो छुट्टी दे समय दे मुताबिक बाहर आउंदा गड्डी विच बैठण वास्ते उह तुरिया आउंदा तीन कारां लाइन विच लगियां होईयां ने उहने नेड़े आउंदिया आउंदिया अपना पैंतड़ा बदल लिया वी अज पहले नंबर वाली गड्डी विच बह के जाणा ते भाई दिलावर सिंह ने बाज वाली अख नाल तक लिया बई जे इह अगली गड्डी विच बह के निकल गया फिर तां मेरे हत्थों समां निकल जाऊ बई उहने कलगियां वाले पातशाह नूं कीता याद कार दे दरवाजे विच मारी लत ते कार दा दरवाजा खुल्लिया शेर ने बाहर मारी है छाल ते उहने बंब बंब दा पाता रौला ते जिहड़े नाल ਦੇ ਕਮਾਂਡੋ ਫੋਰਸ ਵਾਲੇ ਸੀ ਨਾ ਉਹ ਸੱਜੇ ਖੱਬੇ ਨੂੰ ਦੌੜਨ ਲੱਗੇ ਕੌਣ ਬੰਬ ਕਿੱਧਰ ਬੰਬ ਕਿਹੜਾ ਬੰਬ ਇੰਨੀ ਦੇਰ ਨੂੰ ਭਾਈ ਦਿਲਾਵਰ ਸਿੰਘ ਨੇ ਦੋ ਛਾਲਾਂ ਮਾਰੀਆਂ ਜਾ ਕੇ ਮੁੱਖ ਮੰਤਰੀ ਬਿਆਨਸੋਂ ਦਾ ਭਰ ਲਿਆ ਕਲਾਵਾ ਭਾਈ ਇੱਕ ਬਾਹ ਪਾ ਕੇ ਉੱਪਰ ਦੀ ਲਾਸ਼ ਛਾਤੀ ਦੇ ਨਾਲ ਦੂਜਾ ਹੱਥ ਰੱਖ ਕੇ ਬਿਲਟ ਦੇ ਉੱਤੇ ਤੱਪਿਆ ਬਟਣ ਤੇ ਚੱਲ ਗਏ ਪਟਾਕੇ ਬਲਵਾ Oh
रावड़ा कंगना कच दिया मौका दे के दलावर सिंह छेड़ दे मौका दे के दलावर सिंह शेर ने पंप सी बटन दबा गया मची हाकार सी रौला पै गया ते मची हाकार सी उड़ाता हवा च कर टुकड़े उड़ाता हवा च कितना लभ्या ना उसका निशान टप गया सी हो मेरी दा दुआ सिंह सिर किसी का ना लाने लगे सोचते ना सिर अपना कटाउन लगे सोचते कौम ते बने भीड़ जम दे हवारे फिर बंब नाल बैरी ना अटाउन लगे सोचते दिल विच संतां लई प्यार ठाठा मारदा है गड्डियां ते फोटवां ना लाउन लगे सोचदे कंग अते वारस भी करदे विचारां बह के सिंह कदे पुन ना कमाउन लगे सोचदे भाई दलावर सिंह दी शहीदी नूं मुख रख एक वारी कह दो सतनाम आपो अपने भले लई कह लो सतनाम श्री वाहिगुरू सचमुच जे शहीदां दी याद विच जुड़े बैठे हो ना ते कौम दे समुचे शहीदां वास्ते एक चढ़दी कला दे जकारे दा जवाब दिओ भाई बोले सो निहाला सत्रियां कालो समय दी समाप्ति जी पुल्ला चौकां दी खिमा कोटन कुटान धनवाद श्री गुरु ग्रंथ साहिब महाराजां दा रोम रोम करके जिन्होंने खुले दर्शन दर दे के निहाल किया धनवाद है नगर दी पंचायत दा गुरु घर दी समुची प्रबंधक कमेटी दा सत्कारयोग भाई साहिब भाई गुरमीत सिंह जी जिन्हां दी बदौलत तुहाडे दर्शन दारे कर रहे हां मैं एक दो बेनतियां करनी संगत जी बैठे हो थोड़ा जा बहुत धनवाद होगा तुहाडा जिथे मैं इतों की मैनेजमेंट का धनवाद करता हाँ सारी संगत वालों ढाडी जिथे सत्कार बेंत मारूपी असीसा आईया बाबा लीडर सिंह जी उन्हां वालों असीसा आईया बहुत बहुत धनवाद एक बारी सारी संगत सचखंड वासी बाबा दया सिंह जी की कमाई में मुख रख के भी कह दो सतनाम श्री वाहेगुरू जी श्री वाहेगुरू गुरु बाबा तुहानू सारयां नूं चढ़दी कला बख्श करे असीं तुहाडी चढ़दी कला की अरदास बेनती करदे तुसीं साडी चढ़दी कला की अरदास बेनती करो कि जिहो जिहां विचारां असीं तुहाडे नाल कर रहे हां साडा अपना जीवन भी उदां दा बन जावे अरदासां करदे कराउंदे खिमा जाचकां साउंड वाले वीर दा बहुत बहुत धन्नवाद भाई साहब जीआं दा बहुत बहुत धन्नवाद ये चैनल लगे ने सरदार टीवी उहनां दा भी बहुत बहुत धन्नवाद ते सुरखाब टीवी उहनां दा भी बहुत बहुत धन्नवाद क्योंकि ये मेरे अपने मित्रां दा चैनल ने मेरे बहुत सारे गीत जिहड़े आ ਉਹ ਇਸ ਚੈਨਲ ਦੇ ਉੱਤੋਂ ਰਿਲੀਜ਼ ਕੀਤੇ ਗਏ ਸੁਰਖਾਬ ਟੀ ਵੀ ਤੋਂ ਅਤੇ ਬਹੁਤੀਆਂ ਜਿਹੜੀਆਂ ਸਾਡੀਆਂ ਵੀਡੀਓ ਹੈ ਉਹ ਬਾਈ ਦੀਪ ਸਿੱਧੂ ਦੀਆਂ ਹੋਣ ਉਹਦੀਆਂ ਰੈਲੀਆਂ ਦੀਆਂ ਹੋਣ ਜਾਂ ਸ਼ੰਭੂ ਮੋਰਚੇ ਦੀਆਂ ਹੋਣ ਉਹ ਸੁਰਖਾਬ ਚੈਨਲ ਵਾਲਿਆਂ ਵੱਲੋਂ ਬਹੁਤ ਜ਼ਿਆਦਾ
उच्चे पद्धर के उत्ते ढाडी जथे नूं सपोर्ट किया गया, जिन्हों आप कहने कि वीडियो जो वायरल हो जाती है सिख संगत आनंद प्राप्त कर दिया ने, फिर जान पहचान बढ़ जाती है। मैं इन दोनों चैनल वाले वीरां दा बहुत बहुत धन्यवाद करदा जिन्होंने समय के मुताबिक इस कीर्तन दरबार में दो दिन समय तो समय काढ के पूरे वर्ल्ड दे विच सिख संगतां नूं विखालण दा यतन किया। बहुत बहुत धन्यवाद है सरदार टीवी ते सुरखाव टीवी वालों का। मैं सारिया इस टीम का बहुत बहुत धन्यवादी हाँ, क्योंकि ये मेरा कह लो अपना ही चैनल है भाई साडा, इनू सबसक्राइब करो क्योंकि ये उत्ते योधे जुझारूआं वाली जिहड़ियां बातां पैंदियां ने, कीर्तन दरबार हुंदे ने वड्डे वड्डे कीर्तन दरबार, वह इन चैनलों के उत्ते विखाले जाते हैं। मैं बहुत बहुत धन्यवाद करता हाँ, गुरु बाबा कृपा करे सारिया सिख संगतों का तह दिलों धन्यवाद। फिर मिलने दी आसा लगे आप जी को वधाई चाहते हैं। एक बार सारी संगत बंदी सिंघां दी रिहाई वास्ते एक जकारे का जवाब जकारे विच दिओ भाई। बोलो सोनहारा सतरी अकाल। एक बेनती के आने वाले दिनों में कोलारा नगर के जिहड़ा कीर्तन दरबार हो रहा उहदियां तरीकां भाई साहब जी ने अनाउंस कीतियां, और जिहड़ी मेरे हिस्से में एक बेनती आई है वह इस करके क्योंकि उत्थे दास दा जथा आ रहा। आप जी के गुआंढ पिंड है बिहारीपुर, बिहारीपुर नगर के 15 अक्तूबर रात का दवान है, करीब 9:30 बजे का दास दे ढाडी जथे का टाइम है, 9:30 to 11 बजे तक। इस तरह आप सिख संगतां नूं हाथ जोड़ के निम्रता सहित बेनती है कि नगर बिहारीपुर भी पहुँचण की कृपालता करो, जिथों सिख संगतां ने सद्दा पत्र दे के आप सिख संगतां ने दर्शन दारियां वास्ते ढाडी जथे नूं सद्या, असीं तुहाड़े दर्शन दारे करन वास्ते आवांगे, तुहाड़े जोड़न झाड़न की कृपालता करांगे। गुरु बाबा कृपा करे किते किणका मातर साडे हिरदे विच वी बाणी वज जावे ते साडियां कईआं बातां किते तुहाड़े हिरदे विच वस जाण, क्योंकि इतिहास सुनना तक सीमित नहीं है, पहला सुनो फिर विचारो फिर उन्हों निज जिंदगी दे विच ढालो, ते तां इह कीर्तन दरबार सफले ने। 15 अक्तूबर 9:30 बजे का टाइम है बिहारीपुर नगर के उत्थे एक कीर्तन दरबार धन गुरु रामदास महाराज के प्रकाश पुरब को समर्पित करके वो रखा गया, पर उतों के अज प्रबंधक मेरे को आए, उन्होंने यही डिमांड करी कि असी उदों नूं भाई सुखे ते जिंदे की शहादत सुननी है, उदों नूं तुहाडे नाल वो 2 घंटे का प्रसंग जिहड़ा उत्थे सांझा किया जाएगा। आस करदा हाँ आप जी उत्थे आण के भी हाजरियां भरोगे। सारी सिख संगत का धन्यवाद है। सिंह साहब गुरुद्वारा बेर साहब तो आए हुए ने, उन्होंने भी हार्दिक जीव आया, पहली बार अज उन्हें दर्शन दारे किए ने, गुरु बाबा चढ़दी कला बख्शिश करे। सारिया सिख संगत का धन्यवाद। मेरे तो पहला जिन्हें भी प्रचारक बोल के गए सारा का बहुत बहुत धन्यवाद है। भाई वीर सिंह जी दी 4 लाइनां कह के मैं फतेह बुलाउण लगा। तुहाडा अपना ढाडी जथा इंटरनेशनल गोल्ड मैडल ढाडी जथा भाई सुरजीत सिंह वारस पिंड नंगल फतेहगढ़ जलंधर शहर छपे कार्ड कोल ने, किसी लोड़ होवे लै सकदे हो, देहो सजण असीसड़ियां जो होवे साहब सो मेल। भाई वीर सिंह जी कहिंदे ने खेड़े चमन एक नाला बहिंदा, मत जाणो मुड़ बहे के ना, पत चढ़े गुलजार उदासे सुंदरता मत रहे के ना, ऐदल अखियो रीझा ला लो मत जाणो मुड़ लहे के ना, इस जिंदगी का की परवासा आउंदी रुते रहे के ना, बैठो सज के कह दो गज के वाहे गुरु जी का खालसा वाहे गुरु जी की फतेह।